ਪਾਰੇ ਦੇ ਖੋਖੇ ਉੱਤੇ ਮਹਿਫਲਾਂ ਸਜਾਈਆਂ, ਯਾਰ ਕਹਿੰਦੇ ਬੈਠ ਗੱਡੀ 'ਚ ਲਵਾਏ ਪੈਗ ਨਾਲੇ। ਭਾਜੀ 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 ਉਹ ਚਾਹ ਦਾ ਖੋਖਾ, ਭਾਜੀ ਆਹ ਖੋਖਾ ਨਹੀਂ ਹੈਗਾ, ਕਿਹੜੇ ਚੱਕਰਾਂ 'ਚ ਪਏ ਤੁਸੀਂ? ਉਹ ਭਰਾਵਾ ਮੈਂ ਪਿਛਲੀ ਵਾਰੀ ਆਇਆ ਸੀਗਾ, ਸਾਰਾ ਕੁਛ ਤੇਰਾ ਮੁੱਕਿਆ ਹੋਇਆ ਸੀਗਾ, ਹੁਣ ਬੰਦਾ ਖਾਣ ਨੂੰ ਨਾਲ ਚੀਜ਼ ਤਾਂ ਲਿਆ ਹੀ ਸਕਦਾ। ਪਰ ਭਾਜੀ ਤੁਸੀਂ ਪੀਣ ਨੂੰ ਕਿਹੜੀ ਤਿਆਰੀਆਂ ਕਰੀ ਬੈਠੇ ਹੋ? ਕੋਈ ਨਹੀਂ, ਤੇਰੀ ਚਾਹ ਹੀ ਪੀ ਕੇ ਜਾਵਾਂਗੇ, ਟੈਨਸ਼ਨ ਨਾ ਲੈ। ਚਾਹ ਹੀ ਪੀਣੀ ਆ ਨਾ, ਪੁਲਿਸ ਦੀ ਰੇਡ ਜਮ੍ਹਾਂ ਨਹੀਂ ਪੈਂਦੀ। ਬਸ ਫਿਰ ਠੀਕ ਹੈ, ਮੈਨੂੰ ਤਾਂ ਭਾਜੀ ਗਲਾਸ ਦੇ ਕੇ ਡਰ ਹੀ ਲੱਗਣ ਲੱਗ ਗਿਆ ਸੀ ਸੱਚੀ 'ਚ। ਲਾਤੇ ਤੈਨੂੰ ਘੁਮਾ ਲਓ, ਫਿਰ ਆਪਾਂ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਇੱਕ ਮਿੰਟ, ਕਿਆ ਬਾਤ ਹੈ, ਸੰਭਾਲ ਕੇ, ਹਾਂ ਸੰਭਾਲ ਕੇ ਜੀ, ਸੰਭਾਲ ਕੇ। ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਹੈ ਭਾਜੀ ਮੇਰੇ ਖੋਖੇ ਦੇ ਉੱਤੇ ਤੁਹਾਡਾ। ਥੈਂਕ ਯੂ, ਸ਼ੁਕਰੀਆ। ਤੇ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਜੀ ਚਾਹ ਤੇ ਚੁਸਕੀ ਪਾਵਰਡ ਬਾਏ ਬੌਨ। ਤੇ ਅੱਜ ਮੇਰੇ ਖੋਖੇ ਤੇ ਆਏ ਨੇ ਵੱਡਾ ਬਾਈ ਗਿੱਲ ਦੇ ਛੋਟੇ ਬਾਈ ਦ ਵਨ ਐਂਡ ਓਨਲੀ ਸ਼ੈਰੀ ਮਾਨ। ਕਿਆ ਬਾਤ ਹੈ ਭਾਜੀ, ਕਿਆ ਬਾਤ ਹੈ, ਥੈਂਕ ਯੂ। ਸੱਚੀ ਭਾਜੀ ਮਜ਼ਾ ਹੀ ਆ ਗਿਆ, ਤੁਸੀਂ ਮੇਰੇ ਖੋਖੇ ਤੇ ਅੱਜ ਪਹਿਲੀ ਵਾਰੀ ਭਾਜੀ। ਥੈਂਕ ਯੂ ਪਾਰਾ ਸਾਹਿਬ, ਥੈਂਕ ਯੂ ਸੋ ਮਚ। ਅੱਛਾ ਭਾਜੀ ਆਪਾਂ ਨਾ ਕੱਲ੍ਹ ਨਾ ਮਹਿਫਿਲ ਲੱਗੀ ਪਈ ਸੀਗੀ, ਸਾਰੇ ਨਾ ਭਾਜੀ ਸ਼ੇਰੋ ਸ਼ਾਇਰੀ ਕਰ ਰਹੇ ਸੀਗੇ, ਫੇਮਸ ਸ਼ਾਇਰ ਬੈਠੇ ਸੀਗੇ, ਤੇ ਭਾਜੀ ਉੱਥੋਂ ਨਾ ਦੋ ਕੁ ਲਾਈਨਾਂ ਮੈਂ ਚੋਰੀ ਕਰਕੇ ਲਿਆਉਂਦੀਆਂ ਤੁਹਾਡੇ ਵਾਸਤੇ, ਆਈਟਮ ਪੇਸ਼ ਕਰਦੇ ਹਾਂ ਫਿਰ। ਇਰਸ਼ਾਦ, ਆਹ ਇਰਸ਼ਾਦ ਡਾਲਰਾਂ ਲਈ ਛੱਡ ਗਈ ਹੈ। ਅੱਛਾ, ਡਾਲਰਾਂ ਲਈ ਛੱਡ ਗਈ ਹੈ, ਹੁਣ ਮੇਰੇ ਯਾਰ ਨੇ ਮੇਰੀ ਜਿੰਦ ਜਾਣ। ਡਾਲਰਾਂ ਲਈ ਛੱਡ ਗਈ ਹੈ, ਹੁਣ ਮੇਰੇ ਯਾਰ ਨੇ ਮੇਰੀ ਜਿੰਦ ਜਾਣ। ਗੋਰੇ ਮੁਖੜੇ ਤੇ ਬਲੈਕ ਦਿਲ ਵਾਲੀ ਹੈ, ਹੁਣ ਨਹੀਂ ਮੁੜਦਾ ਸ਼ੈਰੀਮਾਨ, ਨਹੀਂ ਮੁੜਦਾ ਸ਼ੈਰੀਮਾਨ, ਸੱਚੀ ਨਹੀਂ ਮੁੜਦਾ। ਤੇਰਾ ਸ਼ੇਰ ਸੁਣ ਕੇ ਤਾਂ ਹੁਣ ਮੈਂ ਸੱਚੀ ਨਹੀਂ ਮੁੜਦਾ ਯਾਰ। ਕਿਉਂ ਭਾਜੀ? ਨਹੀਂ ਵਧੀਆ, ਬਹੁਤ ਵਧੀਆ, ਵਧੀਆ ਲੱਗਾ ਨਾ, ਵੈਰੀ ਗੁੱਡ। ਹੱਥ ਤੁਹਾਨੂੰ ਲਾ ਲਓ ਫਿਰ, ਬਹੁਤ ਸ਼ੈਰੀਮਾਨ ਭਾਜੀ। ਹਾਂਜੀ, ਚੱਲ ਸ਼ੇਰੋ ਸ਼ਾਇਰੀ ਛੱਡ, ਹੋਰ ਸੁਣਾ ਪਰ ਯਾਰ, ਕੀ ਹਾਲ ਚਾਲ ਹੈ ਤੇਰਾ? ਹੋਰ ਸੁਣਾ, ਮਿਹਰਬਾਨ ਕਦਰਦਾਨ ਥੋੜਾ ਪਾਸਾ ਇੱਧਰ ਨੂੰ ਘੁਮਾਓ ਤੇ ਸਿੱਧੀ ਨਜ਼ਰ ਮੇਰੇ ਬੂਥੇ ਤੇ ਪਾਓ। ਚਾਹ ਇੱਥੇ ਬਣਦੀ ਹੈ ਮਿੱਠਾ ਪੱਤੀ ਠੋਕ ਕੇ, ਵੱਡੇ ਵੱਡੇ ਬੰਦੇ ਪੀਂਦੇ ਫਿਰ ਗੱਡੀ ਰੋਕ ਕੇ, ਸੌਂਫ ਜਵੈਣ ਅਦਰਕ ਮਲੱਠੀ ਸਭ ਕੁਝ ਪਾਈਦਾ, ਸਟਾਰਾਂ ਕੋਲੋਂ ਤਾਂ ਉਬਾਲਾ ਵੀ ਲਵਾਈਦਾ। ਚਾਹ ਮੇਰੀ ਨਾ ਰੰਗ ਹੁੰਦਾ ਕਾਲਾ ਜੀ, ਚਾਹ ਮੇਰੀ ਨਾ ਰੰਗ ਹੁੰਦਾ ਕਾਲਾ ਜੀ, ਪੀਵੇ ਕੋਈ ਵਿਰਲਾ ਕਰਮਾ ਭਾਗਾ ਵਾਲਾ ਜੀ, ਜਿਹੜਾ ਵੀ ਭਾਰਤ ਦੇ ਖੋਖੇ ਉੱਤੇ ਆਊਗਾ ਹਿੱਟ ਹੋ ਜਾਊਗਾ, ਲੇਟ ਹੋ ਜਾਊਗਾ, ਉਹ ਰਿੱਟ ਹੋ ਜਾਊਗਾ। ਮੈਂ ਰਿਕਾਰਡ ਕਰ ਲਾਂ ਇਹ ਤਾਂ ਭਾਈ, ਇਹ ਤਾਂ ਜਿਵੇਂ ਸਨੈਪਚੈਟ 'ਚ ਬੰਦਾ ਫਾਸਟ ਫਾਰਵਰਡ ਨਹੀਂ ਕਰ ਦਿੰਦਾ, ਇਹ ਤਾਂ ਕੰਮ ਕਰਤਾ ਯਾਰ। ਭਾਜੀ ਹੁਣ ਤੁਸੀਂ ਪੁੱਛਿਆ, ਹੋਰ ਸੁਣਾ ਫਿਰ, ਮੈਂ ਸੁਣਾਤਾ ਭਾਜੀ, ਚਾਹ ਪੀ ਕੇ ਕੀ ਹੋਏਗਾ, ਇਹ ਕੁਛ ਹੋਏਗਾ ਭਾਜੀ ਫਿਰ। ਮੈਂ ਤੈਨੂੰ ਅੱਗੇ ਤੋਂ ਕਿਹਾ ਕਰਨਾ ਥੋੜ੍ਹਾ ਸੁਣਾ। ਅੱਛਾ, ਹੋਰ ਨਾ ਸੁਣਾ ਹੈ ਨਾ। ਅਤੇ ਭਾਜੀ ਤੁਹਾਡੇ ਇੰਨੇ ਗਾਣੇ ਆਏ ਭਾਜੀ, ਸੁਪਰ ਡੁਪਰ ਹਿੱਟ ਹੈ ਨਾ ਜੀ, ਇੰਨੇ ਸਾਲਾਂ ਤੋਂ ਭਾਜੀ, ਇੱਕ ਕੱਪ ਚਾਹ ਦਾ ਬਣਾ ਦਿਓ ਬਸ ਬਸ, ਬਾਕੀ ਤਾਂ ਮੈਨੂੰ ਕਹਤਾ। ਮੈਂ ਬਣਾ ਦਿੰਦਾ, ਬਣਾ ਦਿੰਦਾ ਭਰਾਵਾ, ਹੁਣੇ ਬਣਾਉਣੀ। ਹਾਂਜੀ ਭਾਈ, ਚਲੀਏ ਫਿਰ ਆਪਾਂ। ਚਲੋ ਆ, ਚਲੋ ਜੀ ਆਪਾਂ ਚੱਲੇ ਜੀ ਚਾਹ ਬਣਾਉਣ, ਸ਼ੈਰੀਮਾਨ ਭਾਜੀ ਦੇ ਨਾਲ, ਬੱਲੇ ਬੱਲੇ। ਓਹੋ, ਸੋ ਸਭ ਤੋਂ ਪਹਿਲਾਂ, ਹਾਂਜੀ ਭਾਜੀ, ਚਾਹ ਬਣਾਉਣ ਲਈ, ਹਾਂਜੀ ਚਾਹ ਬਣਾਉਣ ਲਈ, ਪਾਰੇ ਦੇ ਖੋਖੇ ਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ? ਕੀ ਕਰਨਾ ਜੀ? ਸਿਲੰਡਰ ਚੈੱਕ ਕਰਨਾ ਵੀ ਖਾਲੀ ਤਾਂ ਨਹੀਂ। ਨਹੀਂ ਭਾਜੀ, ਪਾਰੇ ਦੀ ਹੁਣ ਤਰੱਕੀ ਹੋ ਗਈ ਭਾਜੀ, ਖੋਖਾ ਦੇਖੋ, ਤਾਮ ਜਾਮ ਦੇਖੋ ਭਾਜੀ, ਹੁਣ ਆਪਾਂ ਦੂਸਰਾ ਜਗਾੜ ਰੱਖ ਲਿਆ ਭਾਜੀ, ਇਲੈਕਟ੍ਰੋਨਿਕ। ਦੂਸਰਾ ਕਿਹੜਾ ਜਗਾੜ? ਇਲੈਕਟ੍ਰੋਨਿਕਲ ਆ। ਅੱਛਾ, ਇਲੈਕਟ੍ਰੋ, ਉਹ ਠੀਕ ਹੈ। ਹਾਂਜੀ ਹਾਂ, ਉਹ ਤਾਂ ਪਹਿਲਾਂ ਹੀ ਉਬਲੀ ਜਾਂਦੀ ਹੈ ਇਹ ਭਾਜੀ, ਤੁਹਾਡੀਆਂ ਤਿਆਰੀਆਂ ਆਉਣ ਤੇ ਆਉਣਗੀਆਂ, ਬਣਨੀਆਂ ਤਾਂ ਹੈ ਭਾਜੀ, ਹੈ ਕਿ ਨਹੀਂ? ਅੱਛਾ ਭਾਜੀ, ਤੁਸੀਂ ਚਾਹ ਤਾਂ ਦੱਸੋ ਕਿਹੜੀ ਪੀਣੀ ਹੈ ਭਾਜੀ? ਚਾਹ ਟਾਈਪਸ ਤੇ ਉੱਥੇ ਲਿਖੇ ਨੇ ਰੇਟ ਭਾਜੀ, ਕਿ ਮਤਲਬ ਜੇ ਇਹ ਚਾਹ ਪੀਣੀ ਹੈ ਤਾਂ ਪਾਰੇ ਨੂੰ ਇਹ ਕਰਾਉਣਾ ਪਏਗਾ ਤੁਹਾਡੇ ਵੱਲੋਂ। ਅੱਛਾ, ਹਾਂਜੀ ਭਾਜੀ, ਬੜੇ ਲੁੱਚੇ ਰੇਟ ਲਿਖੇ ਯਾਰ। ਦੇਖੋ ਭਾਜੀ, ਫਿਲਮੀ ਚਾਹ ਤੇ ਵੱਡਾ ਜਿਹਾ ਰੋਲ ਦੇਣਾ ਪਊਗਾ ਮੈਨੂੰ। ਓਕੇ, ਠੀਕ ਹੈ ਜੀ। ਤੇ ਆਰਟਿਸਟਿਕ ਚਾਹ, ਆਰਟਿਸਟ ਆਪ ਬਣਾਵੇ, ਮਿਊਜ਼ੀਕਲ ਚਾਹ, ਗਾਣਾ ਗਾ ਕੇ ਪੀਓ ਬਣਾ ਕੇ, ਰੋਮਾਂਟਿਕ ਚਾਹ, ਹੀਰੋਇਨ ਨਾਲ ਡੇਟ, ਹਗਟੀ, ਪਾਰੇ ਨਾਲ ਜੱਫੀ। ਚੱਲ ਤੂੰ ਜੱਫੀ ਵੀ ਪਾ ਲਾ ਯਾਰ। ਅੱਛਾ ਅੱਛਾ, ਕਿਉਂਕਿ ਆਹ ਸਾਰਾ ਕੁਛ ਮੈਂ ਉੱਪਰਲਾ ਨਹੀਂ ਦੇ ਸਕਦਾ। ਅੱਛਾ ਜੀ, ਹੀਰੋਇਨ ਨਾਲ ਡੇਟ ਤਾਂ ਜਮਾ ਹੀ ਨਹੀਂ ਦੇ ਸਕਦਾ, ਕਿਉਂਕਿ ਮੈਂ ਕਦੇ ਆਪ ਨਹੀਂ ਲਈ। ਓ ਯਾਰ, ਬਾਕੀ ਠੀਕ ਹੈ, ਜੱਫੀ ਹੋ ਗਈ ਬਸ, ਜੱਫੀ। ਹੁਣ ਆਪਾਂ ਚਾਹ ਬਣਾਈਏ। ਬਿਲਕੁਲ ਭਾਜੀ, ਚਾਹ ਬਣਾਉਂਦੇ ਹਾਂ। ਇਹਦੇ 'ਚ ਪਾਉਣਾ ਕੀ ਆ? ਪਹਿਲਾਂ ਭਾਜੀ ਭਾਜੀ ਪਾਣੀ ਪਾਵਾਂਗੇ ਸਭ ਤੋਂ ਪਹਿਲਾਂ, ਹੈ ਦੱਸੀ ਕਿੰਨਾ ਕੁ? ਬਹੁਤ ਹੋ ਗਿਆ ਭਾਜੀ, ਬਹੁਤ ਭਾਜੀ, ਕਮਾਲ ਭਾਜੀ, ਚਾਹ ਬਣੀ ਜਾ ਰਹੀ ਹੈ। ਅੱਛਾ ਭਾਜੀ, ਨਾਲ ਨਾਲ ਹੁਣ ਚਾਹ ਬਣ ਰਹੀ ਹੈ ਤਾਂ ਨਾਲ ਨਾਲ ਗੱਲਾਂ ਬਾਤਾਂ ਵੀ ਕਰੀਏ ਆਪਾਂ, ਹੈਨਾ? ਤੁਸੀਂ ਯਾਰਾਂ ਦੇ ਯਾਰ ਹੋ ਭਾਜੀ ਜੀ, ਹੈਨਾ? ਯਾਰਾਂ ਲਈ ਖੜਦੇ ਹੋ, ਪਰ ਭਾਜੀ ਤੁਸੀਂ ਜੱਸੀ ਗੱਲ ਭਾਈ ਨਾਲ ਮਾੜੀ ਕਰ ਦਿੱਤੀ। ਜੱਸੀ ਨਾਲ ਮੈਂ ਕੀ ਮਾੜੀ ਕੀਤੀ? ਭਾਜੀ ਉਹ ਇਕੱਲੇ ਹੀ ਸੜਕਾਂ ਤੇ ਗਾਈ ਜਾਂਦੇ ਪਏ, ਅੱਲਾ ਵੇ ਮੈਂ ਰਹਿ ਗਿਆ ਇਕੱਲਾ ਵੇ, ਉਹਨਾਂ ਨਾਲ ਤੁਸੀਂ ਖੜੇ ਹੀ ਨਹੀਂ। ਮੇਰੀ ਗੱਲ ਸੁਣ, ਹੁਣ ਜਦੋਂ ਬੰਬੇ ਚਲਿਆ ਗਿਆ ਬੰਦਾ, ਚੰਡੀਗੜ੍ਹ ਛੱਡ ਕੇ, ਪੰਜਾਬ ਛੱਡ ਕੇ, ਫਿਰ ਹੁਣ ਉੱਥੇ ਤਾਂ ਫਿਰ ਇਕੱਲਾ ਹੀ ਰਹੂਗਾ ਕਿ ਨਹੀਂ? ਬਿਲਕੁਲ, ਉਹਨੂੰ ਕਿੰਨੀ ਵਾਰੀ ਕਿਹਾ ਵੀ ਚੰਡੀਗੜ੍ਹ ਆ, ਇੱਥੇ ਆਪਾਂ ਗੇੜੀਆਂ ਮਾਰਦੇ ਹਾਂ, ਜਿੰਨੇ ਨਾਕੇ ਸਾਰੇ ਆਪਾਂ ਨੂੰ ਪਹਿਲਾਂ ਹੀ ਪਤਾ ਹੁੰਦਾ। ਬਿਲਕੁਲ, ਪਹਿਲਾਂ ਹੀ ਵਟਸਐਪ ਆ ਜਾਂਦਾ। ਅੱਛਾ, ਇੱਥੇ ਉੱਧਰ ਦੀ ਜਾਈਦਾ ਹੀ ਨਹੀਂ, ਉੱਧਰ ਦੀ ਜਾਈਦਾ ਹੀ ਨਹੀਂ। ਅੱਛਾ ਭਾਜੀ, ਫਿਰ ਹੁਣ
ਭਾਜੀ ਪੱਤੀ ਜਾਂ ਪੱਤੀ ਪਾ ਦਈਏ ਭਾਜੀ ਮੈਂ ਸੁਣਿਆ ਕਿ ਤੁਸੀਂ ਚਾਹ ਵੀ ਬਹੁਤ ਸਵਾਦ ਬਣਾਉਂਦੇ ਤੇ ਕੁਕਿੰਗ ਵੀ ਬਹੁਤ ਘੈਂਟ ਕਰਦੇ ਹੋ ਭਾਜੀ ਮੈਂ ਆਪ ਹੀ ਕਰਦਾ ਸਾਰਾ ਕੁਝ ਕੀ ਬਾਤ ਹੈ ਯਾਰ ਸੱਚੀ ਮਜ਼ਾ ਹੀ ਆ ਗਿਆ ਭਾਜੀ ਅੱਛਾ ਭਾਜੀ ਤੁਹਾਡਾ ਗਾਣਾ ਆਇਆ ਸੀ ਪਿੱਛੇ ਜੇ ਪੀਯੂ ਦੀਆਂ ਯਾਰੀਆਂ ਹੈ ਇਹ ਤੁਹਾਡਾ ਭਾਜੀ ਆਪ ਸੀਗਾ ਮਨ ਗਾਣਾ ਬਣਾਉਣ ਦਾ ਜਾਂ ਫਿਰ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਕਿਹਾ ਸੀਗਾ ਕਿ ਸ਼ਹਿਰੀ ਯਾਰ ਐਡਮਿਸ਼ਨਾਂ ਬੜੀਆਂ ਘੱਟ ਆ ਰਹੀਆਂ ਕੋਈ ਗਾਣਾ ਬਣਾ ਦੇ ਪੀਯੂ ਤੇ ਉਹ ਯਾਰ ਯੂਨੀਵਰਸਿਟੀ ਦੇ ਪ੍ਰੋਫੈਸਰ ਤਾਂ ਉਹੀ ਸਾਡੇ ਮਗਰ ਪਏ ਹੋਏ ਨੇ ਹੁਣ ਅੱਛਾ ਜੀ ਉਹ ਤਾਂ ਕਹਿੰਦੇ ਨਹੀਂ ਉਹ ਤਾਂ ਅਸੀਂ ਧੱਕੇ ਨਾਲ ਗਾਣਾ ਕੀਤਾ ਕਿ ਆਪਦੇ ਯਾਰਾਂ ਦੋਸਤਾਂ ਲਈ ਇੱਕ ਯੂਨੀਵਰਸਿਟੀ ਹੈ ਨਾ ਜਿਹੜੀ ਜੀ ਜਿਹੜਾ ਬੰਦਾ ਵੀ ਯੂਨੀਵਰਸਿਟੀ 'ਚ ਪੜ੍ਹਿਆ ਜੀ ਉਹਨੂੰ ਕਦੇ ਯੂਨੀਵਰਸਿਟੀ ਭੁੱਲ ਨਹੀਂ ਸਕਦੀ ਮੈਂ ਅੱਜ ਵੀ ਜਦੋਂ ਮੈਂ ਜਾਣਾ ਤਾਂ ਮੈਂ ਇੱਕ ਗੇੜੀ ਉੱਧਰ ਦੀ ਮਾਰ ਕੇ ਆਉਣਾ ਸੋ ਉੱਥੋਂ ਦੀ ਸਪੈਸ਼ਲੀ ਉੱਥੋਂ ਦੀ ਚਾਹ ਜਿਹੜੀ ਹੈ ਬਿਲਕੁਲ ਭਾਜੀ ਹੈ ਨਾ ਅਤੇ ਉਹ ਭੁੱਲ ਨਹੀਂ ਸਕਦੀ ਭਾਜੀ ਇਹ ਵੀ ਪੀ ਰਹੇ ਹੋ ਨਾ ਇਹ ਵੀ ਤੁਹਾਨੂੰ ਭੁੱਲਣੇ ਨਹੀਂ ਹੁਣ ਦੇਖਿਆ ਤੁਸੀਂ ਕਿਉਂਕਿ ਫਿਰ ਮੈਂ ਆਪ ਬਣਾ ਰਿਹਾ ਨਾ ਇਸ ਕਰਕੇ ਇਹ ਵੀ ਕਹਿ ਸਕਦੇ ਹੋ ਤੁਸੀਂ ਸ਼ਹਿਰੀਮਾਨ ਭਾਜੀ ਪਾਰੇ ਦੇ ਖੋਖੇ ਦੇ ਆਪ ਚਾਹ ਬਣਾ ਰਹੇ ਆ ਯਾਰ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਮੇਰੇ ਲਈ ਕੀ ਬਾਤ ਭਾਜੀ ਕੀ ਬਾਤ ਭਾਜੀ ਆਹ ਵੀ ਹੈਗੀਆਂ ਸੌਂਫ ਜਵੈਣ ਅਦਰਕ ਸਭ ਕੁਛ ਪਿਆ ਭਾਜੀ ਆਪਣੇ ਕੋਲ ਓਕੇ ਸਭ ਕੁਛ ਰੈਡੀ ਇਹਨੂੰ ਫਾਈਨਲ ਟੱਚ ਦੇਣ ਲਈ ਨਾ ਇੱਕ ਦੁੱਧ ਨਾਂ ਦੀ ਵੀ ਚੀਜ਼ ਹੁੰਦੀ ਹੈ ਭਾਜੀ ਬਿਲਕੁਲ ਫਰੈਸ਼ ਕੀ ਬਾਤ ਇਹ ਭਾਜੀ ਹੈਗਾ ਦੁੱਧ ਇਹ ਫਲੈਕਸੀਬਲ ਦੁੱਧ ਹੈ ਪੁੱਛੋ ਕਿੱਦਾਂ ਮਤਲਬ ਵੀ ਖਿੱਚ ਕੇ ਲੰਬਾ ਨਹੀਂ 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 ਭਾਜੀ ਜੇ ਤੁਸੀਂ ਸੋਚੋ ਕਿ ਇਹਦੇ ਵਿੱਚ ਪਾਣੀ ਪਾਇਆ ਤੇ ਇਹਦੇ ਵਿੱਚ ਪਾਣੀ ਪਾਇਆ ਜੇ ਤੁਸੀਂ ਸੋਚੋ ਕਿ ਇਹ ਵਿੱਚ ਮੱਖਣ ਨਿਕਲ ਸਕਦਾ ਮੱਖਣ ਨਿਕਲ ਸਕਦਾ ਨਹੀਂ ਨਿਕਲ ਸਕਦਾ ਨਹੀਂ ਭਾਜੀ ਸੱਚੀ ਚ ਭਾਜੀ ਆ ਦੇਖੋ ਕੁੱਟ ਵੀ ਸਕਦੇ ਅੱਛਾ ਕੁੱਟ ਵੀ ਸਕਦੇ ਵੈਰੀ ਗੁੱਡ ਕੁੱਟ ਵੀ ਸਕਦੇ ਹਾਂ ਵੈਸੇ ਵੀ ਵੀਡੀਓ 'ਚ ਤੁਸੀਂ ਕਾਫੀ ਬੰਦੇ ਕੁੱਟਦੇ ਹੁੰਦੇ ਹੋ ਨਹੀਂ ਨਹੀਂ ਯਾਰ ਮੈਂ ਕਿੱਥੇ ਕੁੱਟਦਾ ਨਹੀਂ ਉਹ ਸੈਮ ਕੁੱਟਿਆ ਸੀਗਾ ਚੱਕ ਨੇਰੀ ਲਿਆਤੀ ਉਹ ਬਿਨਾਂ ਵੀਡੀਓ ਤੋਂ ਵੀ ਕੁੱਟਿਆ ਜਾਂਦਾ ਕਈ ਵਾਰੀ ਉਹ ਇੱਕ ਬੰਦਾ ਨਹੀਂ ਆਪਣੇ ਗਰੁੱਪ 'ਚ ਰੱਖਿਆ ਹੁੰਦਾ ਵੀ ਵੀ ਜਿਹੜਾ ਜਦੋਂ ਥੋੜ੍ਹਾ ਲੇਟ ਹੋ ਜੇ ਸਾਰੇ ਕਹਿੰਦੇ ਯਾਰ ਬੁਲਾਓ ਯਾਰ ਛੇਤੀ ਬੁਲਾਓ ਉਹ ਹੈ ਠੀਕ ਹੈ ਠੀਕ ਹੈ ਅੱਛਾ ਭਾਜੀ ਜਿਵੇਂ ਨਾ ਹੁਣ ਤੁਸੀਂ ਪੂਰੇ ਇੰਡੀਆ ਦੇ ਵਿੱਚ ਸ਼ੋਜ਼ ਕਰਦੇ ਹੋ ਹੈ ਨਾ ਅਤੇ ਭਾਜੀ ਤੁਹਾਨੂੰ ਸ਼ੁੱਧ ਵੈਸ਼ਨੋ ਵਿਆਹ ਵੀ ਆਉਂਦੇ ਹੋਣੇ ਆ ਅਤੇ ਉੱਥੇ ਭਾਜੀ ਕਿਹੜੇ ਗਾਣੇ ਚੱਲਦੇ ਆ ਫਿਰ ਕੋਈ ਇੱਦਾਂ ਦਾ ਕਿੱਸਾ ਹੋਇਆ ਹੋਵੇ ਭਾਜੀ ਨਹੀਂ ਗਾਣੇ ਤਾਂ ਉਹੀ ਚੱਲਦੇ ਆ ਮਤਲਬ ਉਹ ਗਾਣੇ ਅਸੀਂ ਵੈਜੀਟੇਰੀਅਨ ਖਾ ਕੇ ਗਾਉਂਦੇ ਹਾਂ ਅੱਛਾ ਬਸ ਇੰਨੀ ਗੱਲ ਹੈ ਗਾਣੇ ਸੇਮ ਹੀ ਚੱਲਦੇ ਲਓ ਭਾਜੀ ਵਾਹ 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 ਦੱਸ ਦੀ ਕਿੰਨਾ ਕੁ ਪਾ ਦਿਓ ਆ ਲਓ ਭਾਜੀ ਹੋਰ ਇੱਕ ਵਾਰੀ ਹੋਰ ਅੱਜ ਕੱਲ੍ਹ ਵੈਸੇ ਵੀ ਬਹੁਤ ਗਾਣੇ 'ਚ ਚੱਲਦਾ ਇੱਕ ਵਾਰੀ ਹੋਰ ਅੱਛਾ ਭਾਜੀ ਚਾਹ ਹੁਣ ਸਾਹਮਣੇ ਬਣ ਰਹੀ ਹੈ ਤੇ ਨਾਲ ਮੇਰੇ ਖੜੇ ਨੇ ਸ਼ਹਿਰੀਮਾਨ ਜੀ ਹੈਨਾ ਤੇ ਭਾਜੀ ਸਾਡਾ ਰਿਲੇਸ਼ਨ ਕਿੰਨਾ ਪੁਰਾਣਾ ਤੁਹਾਨੂੰ ਆਪ ਵੀ ਨਹੀਂ ਪਤਾ ਤੁਹਾਡੇ ਪਹਿਲੇ ਗਾਣੇ ਤੋਂ ਭਾਜੀ ਹਾਂ ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹ ਬਣਾਉਣ ਸਲਾਹ ਕਿਵੇਂ ਕੁਝ ਕਰੀਏ ਕੰਮ ਕੋਈ ਅਸਮਾਨੀ ਕਿਵੇਂ ਕੁਝ ਕਰੀਏ ਚਮਕ ਅਸਮਾਨੀ ਆਏ ਅੱਧੇ ਬੰਦੇ ਕਹਿੰਦੇ ਧਮਕ ਅਸਮਾਨੀ ਅੱਛਾ ਜੀ ਪਰ ਇਹ ਹੈਗਾ ਚਮਕ ਅਸਮਾਨੀ ਆ ਭਾਜੀ ਦੇਖੋ ਚਮਕ ਪਰ ਵੈਸੇ ਧਮਕ ਅਸਮਾਨੀ ਪੈ ਗਈ ਸੀ ਗਾਣੇ ਦੀ ਅੱਛਾ ਜੀ ਪਰ ਹਾਂ ਚਮਕ ਬਹੁਤ ਵਧੀਆ ਨਹੀਂ ਭਾਜੀ ਉਹ ਤਾਂ ਯਾਰ ਨੂੰ ਮਲੇ ਹੋ ਗਈ ਸੀ ਭਾਜੀ ਸਾਰੇ ਵਰਲਡ 'ਚ ਕੀ ਬਾਤ ਹੈ ਭਾਜੀ ਚਾਹ ਨਾਲ ਕੁਛ ਖਾਣ ਖੂਣ ਨੂੰ ਵੀ ਭਾਜੀ ਬਿਲਕੁਲ ਹੈਗੇ ਜੀ ਭਾਜੀ ਬੌਨ ਦੇ ਬ੍ਰੈਡ ਟੋਸਟ ਬ੍ਰੈਡ ਟੋਸਟ ਨਹੀਂ ਕੱਲੀ ਬ੍ਰੈਡ ਹੀ ਜੋੜ ਕੇ ਕੱਟੀ ਹੋਈ ਹੈ ਇਹਦੇ ਵਿੱਚ ਤਾਂ ਲਾ ਲਓ ਕੁਛ ਉਹ ਨਹੀਂ ਹੈਗਾ ਭਾਜੀ ਉਹ ਨਹੀਂ ਖਾਲੀ ਹੈ ਉਹ ਨਹੀਂ ਹੈਗਾ ਉਹ ਇੱਧਰ ਨੂੰ ਤੁਰ ਪਿਆ ਬਟਰ ਇੱਧਰ ਨੂੰ ਤੁਰ ਪਿਆ ਉਹ ਤਿਲਕਦਾ ਹੁੰਦਾ ਨਾ ਨਹੀਂ ਮੇਰੀ ਗੱਲ ਸੁਣ ਬਟਰ ਕਦੋਂ ਤੋਂ ਤੁਰਨ ਲੱਗ ਗਿਆ ਹੈ ਉਹ ਭਾਜੀ ਜਦੋਂ ਉਹਨੂੰ ਤਵੇ ਤੇ ਰੱਖੋ ਯੂੰ ਨਹੀਂ ਜਾਂਦਾ ਅੱਗੇ ਨੂੰ ਉਹ ਚਾਹ ਉਬਲ ਗਈ ਕੱਟ ਕਰਦੀ ਹੈ ਇੱਕ ਵਾਰੀ ਹੋਰ ਕੀ ਬਾਤ ਹੈ ਆ ਜਾ ਯਾਰ ਜਿਸ ਹਿਸਾਬ ਦੀ ਭਾਜੀ ਨੇ ਚਾਹ ਬਣਾਈ ਹੈ ਨਾ ਖੁਸ਼ਬੂ ਆਹ ਸਵਾਦ ਅੱਛਾ ਭਾਜੀ ਤੁਸੀਂ ਆਪਣੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਸੁਪਰ ਸਟਾਰ ਕਿਹਨੂੰ ਦੇਖਿਆ ਧਰਮਿੰਦਰ ਸਾਹਿਬ ਨੂੰ ਜੇ ਭਾਜੀ ਉਦਾਂ ਦਾ ਕੋਈ ਆ ਉਹਦੇ ਤੇ ਉੱਤੇ ਤੁਹਾਨੂੰ ਮੈਂ ਹੁਣੇ ਦਿਖਾ ਦਿਆਂ ਇੱਥੇ ਹਾਂਜੀ ਭਾਜੀ ਤੂੰ ਆਪਦੀ ਗੱਲ ਕਰ ਰਿਹਾ ਨਹੀਂ ਭਾਜੀ ਇਹ ਉਧਰ ਦੇਖੋ ਆਏ ਕੀ ਬਾਤ ਹੈ ਯਾਰ ਆਏ ਪੂਰੀ ਟਾਰ ਥੈਂਕ ਯੂ ਆਪਾਂ ਦੋਨੇ ਬਿਲਕੁਲ ਟੂ ਆਫ ਦਮ ਯਾ ਭਾਜੀ ਵੈਰੀ ਭਾਜੀ ਬੰਦਾ ਰੱਖਿਆ ਆਪਾਂ ਫੋਟੋ ਖਿੱਚਣ ਨੂੰ ਖਿੱਚ ਰਿਹਾ ਬੰਦਾ ਖਿੱਚ ਲਈ ਚੰਗੀ ਤਰ੍ਹਾਂ ਅੱਛੀਆਂ ਫੋਟੋਆਂ ਖਿੱਚੇ ਅੱਛਾ ਕਾਕੇ ਅੱਛਾ ਹੁਣ ਚਾਹ ਪਾਈਏ ਭਾਜੀ ਤੇ ਆਪਾਂ ਹੁਣ ਫਿਰ ਬੈਠੀਏ ਅੱਗੇ ਤੇ ਹੋਰ ਕਰਦੇ ਹਾਂ ਗੱਲਾਂ ਬਾਤਾਂ ਆਹ ਕੀ ਬਾਤ ਹੈ ਜੀ ਕੀ ਬਾਤ ਹੈ ਭਾਜੀ ਭਾਜੀ ਆ ਵੀ ਖਾਓ ਫਿਰ ਹਾਂ ਇੱਕ ਵਾਈਟ ਭਾਜੀ ਇੱਕ ਵਾਈਟ ਓ ਕੀ ਬਾਤ ਹੈ ਭਾਜੀ ਕੀ ਬਾਤ ਹੈ ਸੱਚੀ ਚਾਹ ਦੇਖੀਏ ਆਪਾਂ
ਕਿਆ ਬਹੁਤ ਗੰਡ ਹੋ ਗਿਆ। ਵਾਹ 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 ਵਾਹ, ਕਿਆ ਬਾਤ ਹੈ, ਕਿਆ ਬਾਤ। ਚੁੰਮ ਲਓ ਕੋਈ। ਬਿਲਕੁਲ ਬਿਲਕੁਲ ਭਾਜੀ, ਬਿਲਕੁਲ ਭਾਜੀ, ਕਿਆ ਬਾਤ ਹੈ। ਅੱਛਾ ਭਾਜੀ, ਹਾਂਜੀ, ਤੁਸੀਂ ਇੱਕ ਗਾਣੇ 'ਚ ਕਿਹਾ ਕਿ ਤੁਹਾਨੂੰ ਯਾਰੀਆਂ ਲਈ ਭਾਜੀ ਖੁੱਲ੍ਹਾ ਟਾਈਮ ਚਾਹੀਦਾ ਭਾਜੀ, ਇੱਕ ਫਿਰ ਦਿਨ ਵੱਡਾ ਕਰਾ ਦਈਏ, 40 ਕੁ ਘੰਟਿਆਂ ਦਾ ਦਿਨ ਕਰਾ ਦਈਏ, ਤੁਹਾਡੇ ਹਿਸਾਬ ਨਾਲ ਕਿੰਨੇ ਕੁ ਘੰਟੇ ਦਾ ਦਿਨ ਹੋਣਾ ਚਾਹੀਦਾ? ਨਹੀਂ, ਦਿਨ ਤਾਂ ਉਨੇ ਹੀ ਰਹਿਣ ਦਿਓ ਭਰਾਵੋ। ਅੱਛਾ, ਛੁੱਟੀਆਂ ਦੇ ਦਿਓ ਬਸ। ਅੱਛਾ, ਛੁੱਟੀਆਂ ਦੇ ਦਈਏ। ਕਿਹੜੇ ਦਿਨ ਦੀ ਭਾਜੀ ਛੁੱਟੀ ਸਭ ਤੋਂ ਜ਼ਿਆਦਾ ਪਸੰਦ ਹੈ ਤੁਹਾਨੂੰ? ਤੁਸੀਂ ਐਂ ਕਰੋ, ਸਾਰੇ ਦਿਨ ਸੈਟਰਡੇ ਬਣਾ ਦਿਓ ਯਾਰ। ਅੱਛਾ ਅੱਛਾ, ਮੇਰੀ ਇਹੀ ਮੰਗ ਹੈ ਸਰਕਾਰ ਤੋਂ ਵੀ ਇੱਕ ਪੂਰਾ ਹਫ਼ਤਾ ਸ਼ਨੀਵਾਰ ਹੋਣਾ ਚਾਹੀਦਾ, ਪੂਰਾ ਹਫ਼ਤਾ ਸ਼ਨੀਵਾਰ। ਓ ਮਾਈ ਗੋਡ, ਬੰਦਾ ਸਵੇਰੇ ਉੱਠੇ, ਅੱਜ ਕੀ ਵਾਰ, ਅੱਜ ਵੀ ਸ਼ਨੀਵਾਰ ਹੈ ਯਾਰ। ਅੱਛਾ, ਪਰਸੋਂ ਵੀ ਸ਼ਨੀਵਾਰ ਹੈ, ਕਿਆ ਬਾਤ ਹੈ। ਉਹ ਜਿਹੜਾ ਪਰਸੋਂ ਤੋਂ ਅਗਲਾ ਦਿਨ ਆ ਨਾ, ਉਹ ਵੀ ਸ਼ਨੀਵਾਰ ਹੈ ਭਾਜੀ, ਤੇ ਅਸੀਂ ਚਾਹ ਵੀ ਸ਼ਨੀਵਾਰ ਹੀ ਬਣਾਈ ਹੈ। ਅੱਛਾ ਭਾਜੀ, ਡਾਲਰਾਂ ਲਈ ਯਾਰ ਛੱਡਿਆ, ਇਹ ਭਾਜੀ ਯਾਰ ਕਿੱਥੇ ਛੱਡਿਆ? ਘਰ ਦੇ ਚੌਂਕ ਤੇ ਛੱਡਿਆ, ਮਤਲਬ ਘਰ ਦੇ ਲਾਗੇ ਜਿਹੜਾ ਕੋਈ ਸਟੇਸ਼ਨ ਸੀਗਾ ਉੱਥੇ ਛੱਡਿਆ, ਜਾਂ ਭਾਜੀ ਰੱਬ ਦੇ ਆਸਰੇ ਛੱਡ ਦਿੱਤਾ ਯਾਰ? ਅਸਲ 'ਚ ਨਾ ਉਹਦੀ ਵੀਡੀਓ ਮੇਰੇ ਪੁਰਾਣੇ ਸ਼ਹਿਰ 'ਚੋਂ ਮੋਬਾਈਲ 'ਚ ਹੁੰਦੀ ਸੀ, ਹੁਣ ਮੈਂ ਦੱਸ ਨਹੀਂ ਸਕਦਾ। ਅੱਛਾ ਭਾਜੀ, ਕੀ ਸੀ ਵੀਡੀਓ? ਕੀ ਉਹ ਜਿੱਥੇ ਫੋਨ ਗਿਆ ਉੱਥੇ ਵੀਡੀਓ ਵੀ ਗਈ, ਬਸ ਕਿਸੇ ਕੁੱਤੇ ਬੰਦੇ ਦੇ ਹੱਥ ਨਾ ਲੱਗੇ। ਪਰ ਯਾਦਾਂ ਭਾਜੀ ਦੇਖ ਲਓ ਭਾਜੀ, ਦਿਲ 'ਚ ਰਹਿ ਜਾਂਦੀਆਂ, ਹੈ ਨਾ। ਅੱਛਾ ਭਾਜੀ, ਕੁੜੀ ਨੇ ਡਾਲਰਾਂ ਲਈ ਛੱਡਿਆ ਸੀ, ਕਿੰਨੇ ਡਾਲਰਾਂ ਲਈ ਛੱਡਿਆ ਸੀ? ਕੀ ਪਤਾ ਉਹ ਫਾਇਦੇ 'ਚ ਰਹੀ ਹੋਵੇ? ਸਾਨੂੰ ਛੱਡ ਕੇ ਕੋਈ ਬੰਦਾ ਫਾਇਦੇ 'ਚ ਨਹੀਂ ਰਹਿ ਸਕਦਾ, ਆਏ ਨੁਕਸਾਨ ਹੀ ਨੁਕਸਾਨ। ਨੁਕਸਾਨ ਦੇਖੋ, ਸ਼ਹਿਰੀਮਾਨ ਵਰਗਾ ਯਾਰ ਜੀ ਮਿਲਦਾ ਕਿਸੇ ਨੂੰ ਜਿਹਨੇ ਆਪਦੇ ਯਾਰਾਂ ਦੇ ਨਾਂ ਹੀ ਅਮਰ ਕਰਤੇ? ਕਿਆ ਬਾਤ ਹੈ ਸੱਚੀ ਭਾਜੀ, ਸੋਹਣ ਘਾਟਾ ਉਹਦਾ ਹੀ ਹੈ। ਬਿਲਕੁਲ ਭਾਜੀ, ਦੇਖੋ ਮੈਨੂੰ ਇੰਨਾ ਤਾਂ ਨੀ ਪਤਾ, ਪਰ ਇੰਨਾ ਜ਼ਰੂਰ ਪਤਾ ਵੀ ਜਿਹੜਾ ਹੈਲਮੇਟ ਤੁਹਾਡੇ ਪਾਇਆ ਹੁੰਦਾ ਉਹੀ ਲੋਕ ਲਾ ਲਾ ਕੇ ਮਾਰਦੇ ਨੇ। ਅੱਛਾ ਨੀ ਭਾਜੀ, ਇਹ ਤੁਸੀਂ ਦੇਖਿਆ ਕੋਈ ਸੀਨ ਦੇਖਿਆ ਭਾਜੀ? ਮੇਰੇ ਖੁਦ ਤੇ ਬੀਤੀ ਹੈ ਯਾਰ, ਦੇਖਣਾ ਕੀ ਹੈ? ਥੋੜਾ ਭਾਈ ਜਾਣਨਾ ਚਾਹੂੰਗਾ, ਥੋੜਾ ਜਿਹਾ। ਲੈ ਹੁਣ ਤੂੰ ਮਤਲਬ ਕਿੱਦਾਂ ਕਿੱਦਾਂ, ਮਤਲਬ ਥੋੜਾ ਦੱਸੋ ਨਾ ਕਿ ਕਿੱਦਾਂ। ਮਤਲਬ ਇਹ ਸੀ ਯਾਰ ਵੀ ਇੱਕ ਤਾਂ ਠੰਡ ਬਹੁਤ ਸੀ। ਅੱਛਾ ਜੀ, ਗੇੜੇ ਵੱਜ ਰਹੇ ਸੀ ਹੈਲਮਟ ਪਾ ਕੇ, ਠੀਕ ਹੈ ਜੀ, ਵੀ ਪਛਾਣਿਆ ਨਾ ਜਾਵਾਂ, ਕਿਉਂਕਿ ਦੋ ਵਾਰੀ ਪਹਿਲਾਂ ਵਾਰਨਿੰਗ ਮਿਲ ਗਈ ਸੀ ਵੀ ਜੇ ਇਸ ਗਲੀ 'ਚ ਦਿਖ ਗਿਆ, ਅੱਛਾ ਜੀ, ਤੇ ਦਿਖ ਗਿਆ, ਜੇ ਦਿਖ ਗਿਆ ਫਿਰ ਦਿਖੇਗਾ ਨੀ। ਸੋ ਮੈਂ ਕਿਹਾ ਚੱਲ ਹੈਲਮਟ ਪਾ ਕੇ ਦੀਦਾਰ ਕਰੇਗੇ, ਠੀਕ ਹੈ ਜੀ। ਸੋ ਬਸ ਫਿਰ ਉਹਨਾਂ ਨੇ ਰੋਕ ਕੇ ਉਹੀ ਹੈਲਮਟ ਲਾ ਕੇ ਮੇਰੀ ਟੂਹੀ 'ਚ ਮਾਰਿਆ। ਓਹੋ, ਹੋਰ ਯਾਰ ਬਹੁਤ ਪੁਰਾਣੀਆਂ ਗੱਲਾਂ ਨੇ ਇਹ। ਖੈਰ, ਤੁਸੀਂ ਭਾਜੀ ਕੈਨੇਡਾ ਦੇ ਵਿੱਚ ਘਰ ਲਿਆ ਜੀ, ਹੈ ਨਾ ਭਾਜੀ, ਜਿਵੇਂ ਤੁਹਾਡੇ ਯਾਰ ਦੋਸਤ ਨੇ ਨਾ, ਹੈ ਨਾ, ਤੁਸੀਂ ਸੱਚੀ 'ਚ ਘਰ ਲਿਆ ਕਿ ਭਾਜੀ ਸਾਰੇ ਯਾਰਾਂ ਦੋਸਤਾਂ ਨੂੰ ਲੈ ਕੇ ਕਬਜ਼ਾ ਲੈ ਕੇ ਆਏ ਹੋ? ਉਹ ਨਹੀਂ ਭਰਾਵਾ, ਉੱਥੇ ਕਬਜ਼ੇ ਕੁਬਜ਼ੇ ਨਹੀਂ ਲਏ ਜਾਂਦੇ ਕਿ ਇਹ ਸਾਰੀਆਂ ਗੱਲਾਂ ਹੀ ਨੇ, ਠੀਕ ਹੈ। ਉੱਥੇ ਉੱਥੇ ਪ੍ਰੋਪਰ ਬੰਦਿਆਂ ਵਾਂਗੂ ਹੀ ਘਰ ਲਿਆ ਜਿਵੇਂ ਮਿਲਦਾ ਹੁੰਦਾ। ਉੱਥੇ ਮੁੰਸ਼ੀ ਮੰਸ਼ੀ ਨਹੀਂ ਹੁੰਦਾ ਭਾਜੀ? ਨਹੀਂ, ਕੋਈ ਮੁੰਸ਼ੀ ਨਹੀਂ ਉੱਥੇ। ਕੀ ਕਹਿੰਦੇ ਆ, ਕੀ ਕਹਿੰਦੇ ਹੁੰਦੇ ਆ, ਮੈਨੂੰ ਨਾਂ ਬੜਾ ਪੁੱਠਾ ਜਿਹਾ, ਇਮੀਗ੍ਰੇਸ਼ਨ? ਨਹੀਂ ਨਹੀਂ, ਕੀ ਸੀ, ਐਸੋਸੀਏਸ਼ਨ, ਸਟੇਟ ਏਜੰਟ? ਨਹੀਂ, ਰੀਅਲ ਏਜੰਟ, ਰੀਅਲ ਏਸਟੇਟ ਏਜੰਟ। ਅੱਛਾ, ਰੀਅਲ ਏਸਟੇਟ ਏਜੰਟ। ਕਿਤੇ ਦੂਰ ਦੂਰ ਤੱਕ ਹੈ ਨਹੀਂ ਮੇਰੀ ਗੱਲ। ਚਲੋ ਹੋ ਜਾਂਦਾ ਭਾਜੀ, ਮਾਣ ਨਹੀਂ ਹੁੰਦਾ ਬੰਦੇ ਦਾ ਬਸ ਭਾਜੀ, ਇਹ ਜਿਹੜਾ ਲਫ਼ਜ਼ ਹੈ ਨਾ, ਚਲੋ ਮਾਣ ਨਹੀਂ ਹੁੰਦਾ ਬੰਦੇ ਦਾ, ਮਾਣ ਕੋਲੇ ਮਾਣ ਹੀ ਹੈ। ਬਿਲਕੁਲ ਭਾਜੀ, ਹੈ ਨਾ, ਇਹ ਚਲੋ ਮਾਣ ਨਹੀਂ ਹੁੰਦਾ ਬੰਦੇ ਦਾ। ਇਹ ਭਾਜੀ ਆਲੂ ਹੈ, ਇਹ ਆਲੂ ਆ ਭਾਜੀ, ਜਿੱਥੇ ਮਰਜ਼ੀ ਫਿੱਟ ਕਰ ਦਿਓ, ਜੇ ਤਰੀਫ ਹੋਈ ਹੈ ਨਾ ਉੱਥੇ ਵੀ ਲਾ ਦਿਓ, ਜੇ ਬੇਇੱਜ਼ਤੀ ਹੋਈ ਹੈ ਉੱਥੇ ਵੀ ਲਾ ਦਿਓ, ਠੀਕ ਹੈ। ਹੁਣ ਮੈਨੂੰ ਮੇਰੀ ਬੇਇੱਜ਼ਤੀ ਹੋਈ ਨਾ, ਮੈਂ ਇੱਥੇ ਵੀ ਲਾਤਾ ਭਾਜੀ, ਚਲੋ ਮਾਣ ਨਹੀਂ ਹੁੰਦਾ ਬੰਦੇ ਦਾ, ਠੀਕ ਹੈ ਕਿ ਨਹੀਂ ਭਾਜੀ? ਹਾਂ ਬਿਲਕੁਲ ਸਹੀ ਹੈ। ਹਾਂਜੀ ਭਾਜੀ, ਲਾ ਕੇ ਲਾਦਾ, ਮੈਂ ਵੀ ਲਾ ਹੀ ਦਿਆ ਕਰਾਂ ਜਿੱਥੇ ਕਿਤੇ ਲੱਗਦਾ। ਤੁਹਾਡਾ ਤੇ ਆਫੀਸ਼ੀਅਲੀ ਬਣਦਾ, ਤੁਹਾਡਾ ਤਾਂ ਆਫੀਸ਼ੀਅਲੀ ਬਣਦਾ। ਨਹੀਂ ਪਰ ਮੇਰੇ ਤਾਰੀਫ ਵੇਲੇ ਹੀ ਜ਼ਿਆਦਾ ਲੱਗੂਗਾ, ਮੇਰੇ ਤਾਂ ਤਾਰੀਫ ਵੇਲੇ ਲੱਗੂਗਾ, ਮਾੜੀ ਮੋਟੀ। ਚਲੋ ਜੇ ਕਿਤੇ ਹੋ ਵੀ ਜਾਂਦਾ। ਨਹੀਂ ਨਹੀਂ ਭਾਜੀ, ਉਹ ਤਾਂ ਹੁਣ ਪੁਰਾਣੀਆਂ ਗੱਲਾਂ, ਹੁਣ ਬਸ ਇਹੀ ਸੁਣਨ ਆਇਆ ਸੀ ਮੈਂ, ਬਸ ਸੁਣ ਲਿਆ ਮੈਂ ਜੋ ਸੁਣਨਾ। ਚਲੋ ਚੱਲੀਏ, ਚਲੋ ਚੱਲੀਏ, ਚਲੋ ਲਾ ਕੇ ਤੈਨੂੰ ਪੈਗ ਬੱਲੀਏ, ਹੈ ਨਾ ਭਾਜੀ। ਚੌਥਾ ਕਿਉਂ ਨਹੀਂ ਲੱਗਾ? ਲਾਈਟ ਚਲੇ ਗਈ ਸੀ, ਜਾਂ ਖਾਰਾ ਪਾਣੀ ਖਤਮ ਹੋ ਗਿਆ ਸੀਗਾ, ਜਾਂ ਫਿਰ ਇੱਕ ਖਬਰ ਦੀ ਰੈਫਰੈਂਸ ਦੇਣਾ ਚਾਹਾਂਗਾ। ਹਾਂਜੀ, ਹੁਣ ਸੁਣੋ ਅੱਜ ਦੀਆਂ ਖਬਰਾਂ। ਡਾਕਟਰਾਂ ਨੇ ਕਿਹਾ ਹੈ ਕਿ 3 ਪੈਗ ਲਾ ਕੇ ਵਧੇਗੀ ਤੁਹਾਡੀ ਉਮਰ, ਠੀਕ ਹੈ ਜੀ, ਬਸ। ਅੱਛਾ ਬਸ, ਹਾਂ ਤੇ ਖਬਰ ਸੁਣਾ ਦਿੱਤੀ ਤੈਨੂੰ, ਖਬਰ ਡਾਕਟਰ ਨੇ ਕਹਿਤਾ ਯਾਰ ਜਦੋਂ। ਓਕੇ,
मतलब कि डॉक्टर जी ने कहा था कि तीन पैग ला के उम्र वधी है। हाँ, पर सिर्फ तीन, मतलब तीन 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 ऐदा ए नहीं भी तीन पहले ला ले फिर तीन फिर तीन ऐदा नहीं, बस कल्ले तीन। सो असी तां एक तरह का डॉक्टरां दी खबर नूं प्रतख कर दिखाया, मतलब असी शूट भी कीता इन्ना खर्चा करके। किद्दां भाजी की प्रतख की प्रतख करके दिखाया, प्रतख शूट भी कर लिया कि यार वो खबर जिहड़ी है ना हर बंदे तक पहुंचनी चाहिए है। बिल्कुल भाई, लोगों दे फायदे दी गल है, ये तो गल है। बड़ी अच्छी चीज दसी भाई ने, तीन पैग शुक्रिया ला के बाकी तो तुहानू पता लग ही गया ना। नहीं ਆਪਾਂ ਪੈਗ ਪੁਗ ਅਲਕੋਹਲ ਨੂੰ ਬਿਲਕੁਲ ਅਸੀਂ ਪ੍ਰਮੋਟ ਨਹੀਂ ਕਰਨਾ। ਅੱਛਾ ਤੇ ਭਾਜੀ ਆਪਣਾ ਚਾਹ ਪੀ ਰਿਹਾ ਹੁਣ ਤਾਂ? ਹਾਂ ਬਿਲਕੁਲ, ਹੁਣ ਤਾਂ ਚਾਹ ਪੀ ਰਿਹਾ ਭਾਜੀ। ਹੁਣ ਤਾਂ ਤੁਹਾਡੇ ਪੂਰੇ ਇੰਡੀਆ ਦੇ ਵਿੱਚ ਸ਼ੋਜ਼ ਲੱਗਦੇ ਨੇ ਹਨਾ, ਤੁਸੀਂ ਯੂਪੀ ਵੀ ਸ਼ੋਜ਼ ਕਰਕੇ ਆਉਂਦੇ ਹੋ ਭਾਜੀ ਹਨਾ? ਜੀ ਜੀ ਹਨਾ। ਉੱਥੇ ਭਾਜੀ ਕੋਈ ਯੂਪੀ ਦਾ ਬੰਦਾ ਕਿਸੇ ਨੇ ਤੁਹਾਨੂੰ ਸਟੇਜ 'ਤੇ ਬੁਲਾਇਆ ਹੋਵੇ, ਸਤਿ ਸ਼੍ਰੀ ਅਕਾਲ ਹੈਗੀ ਜੀ, ਅੱਜ ਪੰਜਾਬ ਦੇ ਮਸ਼ਹੂਰ ਗਾਇਕ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ, ਸੈਰੀ ਮਾਨ ਭਈਆ ਜੀ। ਕੋਈ ਏਦਾਂ ਦਾ ਭਾਜੀ ਮੈਨੂੰ ਮੈਨੂੰ ਇੱਕ ਗੱਲ ਬੜੀ ਯਾਦ ਆਉਂਦੀ, ਮੈਂ ਨਾ ਨਵਾਂ ਅੱਛਾ ਇਹਦੇ 'ਚ ਬੋਲਣਾ, ਇਹ 'ਚ ਬੋਲਣੇ ਭਾਜੀ ਗੱਲ ਵੀ ਹੈਲੋ 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 ਮੈਂ ਅਸੀਂ ਨਾ ਅਸੀਂ ਸ਼ੁਰੂ ਸ਼ੁਰੂ 'ਚ ਜਦੋਂ ਮਤਲਬ ਇੱਕ ਦੋ ਸ਼ੋਅ ਹੀ ਆ ਜਾਂਦੇ ਸੀ, ਮਤਲਬ ਕਹਿੰਦੇ ਸੀ ਯਾਰ ਚੱਲ ਕੋਈ ਤਾਂ ਆਇਆ ਸ਼ੋਅ, ਖਰਚਾ ਪਾਣੀ ਨਿਕਲੂਗਾ ਜੀ। ਸੋ ਸਤਾਰਗੰਜ ਸਾਡਾ ਸ਼ੋਅ ਸੀ ਯੂਪੀ ਦੇ ਵਿੱਚ ਹਨਾ। ਅੱਛਾ ਜੀ। ਅਤੇ ਹੁਣ ਉੱਥੇ ਐਡਵਰਟਾਈਜ਼ਮੈਂਟ ਦਾ ਤਰੀਕਾ ਦੱਸਦਾ ਤੁਹਾਨੂੰ ਕੀ ਆ। ਅਸੀਂ ਜੀ ਪਹੁੰਚ ਗਏ ਸ਼ੋਅ 'ਤੇ ਹਨਾ, ਉਹਨਾਂ ਨੇ ਰਾਤ ਦਾ ਸ਼ੋਅ ਸੀ, ਸਵੇਰੇ ਹੀ ਬੁਲਾ ਲਿਆ ਸਾਨੂੰ, ਸਵੇਰੇ ਬੁਲਾ ਲਿਆ। ਅਤੇ ਆਹ ਸਾਡੀ ਗੱਡੀ ਹੈ, ਸਾਡੀ ਗੱਡੀ ਦੇ ਅੱਗੇ ਇੱਕ ਆਟੋ ਰਿਕਸ਼ਾ ਚੱਲ ਰਿਹਾ ਤਿੰਨ ਟਾਇਰਾਂ ਵਾਲਾ ਹਨਾ, ਉਹਦੇ 'ਚ ਇੱਕ ਬੰਦਾ ਬੈਠਾ, ਉਹ ਕਹਿ ਰਿਹਾ ਹਾਂਜੀ ਭਾਈ ਔਰ ਬਹਿਨੋ, ਸ਼ੈਰੀਮਾਨ ਜੋ ਕਿ ਹਮਾਰੇ ਪੀਛੇ ਪੀਛੇ ਚੱਲ ਰਹੇ ਹੈ, ਉਨਕਾ ਆਜ ਸ਼ੋਅ ਹੈ ਰਾਤ ਕੋ। ਜੀ ਹਾਂ, ਸ਼ੈਰੀਮਾਨ ਜੋ ਕਿ ਹਮਾਰੇ ਪੀਛੇ ਪੀਛੇ ਚੱਲ ਰਹੇ ਹੈ। ਉਹ ਮੈਂ ਕਿਹਾ ਯਾਰ, ਉਹ ਬਾਅਦ 'ਚੋਂ ਜਿਹੜੇ ਔਰਗੇਨਾਈਜ਼ਰ ਸੀ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਯਾਰ ਦੱਸਣ ਦੀ, ਕਹਿੰਦਾ ਭਾਅ ਜੀ ਗੱਲ ਇਹ ਹੈ ਕਿ ਕਹਿੰਦਾ ਇੱਥੇ ਸਿੰਗਰ ਕਹਿੰਦਾ ਲੋਕੀ ਬੋਰਡ 'ਚ ਪਾ ਕੇ ਲਾ ਦਿੰਦੇ ਆ, ਕੋਈ ਆਉਂਦਾ ਨਹੀਂ ਸਿੰਗਰ, ਕਹਿੰਦਾ ਉਹ ਅਸੀਂ ਲੋਕਾਂ ਨੂੰ ਦਿਖਾ ਰਹੇ ਵੀ ਭਾਈ ਪਹੁੰਚ ਗਿਆ ਬੰਦਾ, ਕਹਿੰਦਾ ਹੁਣ ਤੁਹਾਨੂੰ ਸਾਰੇ ਸ਼ਹਿਰ 'ਚ ਘੁਮਾਉਣਾ, ਉਦੋਂ ਬਾਅਦ ਫਿਰ ਰਾਤ ਨੂੰ ਤੁਹਾਡਾ ਸ਼ੋਅ ਹੋਊਗਾ। ਮੈਂ ਕਿਹਾ ਯਾਰ ਮੇਰੀ ਗੱਲ ਸੁਣੋ, ਫਿਰ ਉੱਥੇ ਵੀ ਕਿਉਂ ਜਾਣਾ ਆਪਾਂ, ਚੁਰਾਹੇ 'ਚ ਰੋਕ ਕੇ ਗੱਡੀ ਉੱਥੇ ਹੀ ਕਰ ਦਿੰਦੇ ਸ਼ੋਅ। ਸੋ ਬਹੁਤ ਫਨੀ, ਅਸੀਂ ਕਦੇ ਨਹੀਂ, ਜਦੋਂ ਵੀ ਅਸੀਂ ਯੂਪੀ ਕਿਤੇ ਜਾਂਦੇ ਹਾਂ ਨਾ, ਸਾਨੂੰ ਗੱਲ ਯਾਦ ਆ ਜਾਂਦੀ ਹੈ ਕਿ ਭਾਈ ਔਰ ਮੈਨੋ ਸ਼ੈਰੀਮਾਨ ਜੋ ਕਿ ਹਮਾਰੇ ਪੀਛੇ ਪੀਛੇ ਚੱਲ ਰਹੇ ਹੈ, ਇਨਕਾ ਆਜ ਸ਼ੋਅ ਹੈ ਸ਼ੈਰੀਮਾਨ ਸ਼ੈਰੀਮਾਨ। ਕਿਆ ਬਾਤ ਹੈ ਭਾਜੀ, ਸੱਚੀ ਮਜ਼ਾ ਆ ਗਿਆ ਗੱਲ ਸੁਣ ਕੇ। ਅੱਛਾ ਭਾਜੀ, ਹੁਣ ਇੱਕ ਛੋਟੀ ਸਿਚੁਏਸ਼ਨ ਹੈਗੀ ਹੈ, ਸਿਚੁਏਸ਼ਨ ਇਸ ਤਰ੍ਹਾਂ ਹੈ ਭਾਜੀ, ਹੁਣ ਤੁਸੀਂ ਨਾ ਉਸਤਾਦ ਹੋ ਗਾਇਕੀ ਦੇ, ਤੇ ਮੈਂ ਭਾਜੀ ਸਿੰਗਰ ਬਣਨਾ ਚਾਹੁੰਦਾ। ਮੈਂ ਹਾਂਜੀ ਉਸਤਾਦ ਹਾਂ ਤੇ ਮੈਂ ਸਿੰਗਰ ਬਣਨਾ ਚਾਹੁੰਦਾ, ਤੇ ਮੈਂ ਆਪਣਾ ਬਾਜਾ ਲੈ ਕੇ ਆਇਆ ਤੁਹਾਡੇ ਕੋਲ, ਠੀਕ ਹੈ, ਤੇ ਆਪਾਂ ਭਾਜੀ ਗੱਲਬਾਤ ਕਰਾਂਗੇ, ਮੈਂ ਤੁਹਾਡੇ ਕੋਲ ਸਿੱਖਣੀ ਗਾਇਕੀ। ਪਹਿਲੀ ਤਾਂ ਗੱਲ, ਤੂੰ ਬਹੁਤ ਹੀ ਗਲਤ ਚੀਜ਼ ਲੈ ਕੇ ਆਇਆ ਨਾਲ, ਤੂੰ ਲੈ ਕੇ ਆ ਭਰਾਵਾ ਫੋਨ, ਫੋਨ 'ਚ ਹੋਵੇ ਤੇਰੇ ਟਿਕਟੋਕ, ਫੋਨ 'ਚ ਹੋਵੇ ਤੇਰੇ ਸਨੈਪਚੈਟ, ਫੋਨ 'ਚ ਹੋਵੇ ਤੇਰੇ ਇੰਸਟਾਗ੍ਰਾਮ। ਬਿਲਕੁਲ, ਇਹ ਇਹ ਤਿੰਨ ਚਾਰ ਚੀਜ਼ਾਂ ਹੈਗੀਆਂ ਨੇ ਜੇ ਸਿੰਗਰ ਬਣਨ ਵਾਸਤੇ, ਵਾਜੇ ਵੂਜੇ ਤਾਂ ਹੁਣ ਫੇਲ ਹੋ ਗਏ। ਹਾਂ ਜੇ ਜਗਰਾਤੇ ਜ਼ਰੂਰ ਤੇ ਕਰਨੇ, ਫਿਰ ਵਾਜਾ ਜ਼ਰੂਰ ਲਿਆ। ਹਾਂ ਭਾਈ, ਪਤਾ ਨਹੀਂ ਨਾ ਫਿਰ ਅੱਗੇ ਕਿਹੜਾ ਸ਼ੋਅ ਆਵੇ ਤੇ ਕਿਹੜਾ ਨਹੀਂ, ਫਿਰ ਤਾਂ ਉਹੀ ਹੋਣਾ। ਹਾਂਜੀ, ਪਾਰਾ ਸਿੰਘ ਜੀ ਬੜੇ ਪਿੱਛੇ ਪਿੱਛੇ ਚੱਲ ਰਹੇ ਆ। ਦੇਖੋ ਸ਼ੁਗਿਰਦ, ਤੁਹਾਡਾ ਬਾਜਾ ਵੀ ਲੈ ਕੇ ਆਇਆ ਭਾਜੀ ਨਾਲ। ਬਾਜਾ ਤਾਂ ਤੂੰ ਲੈ ਨਾਲ, ਬਾਜਾ ਆ ਮਾਰਨ ਨੂੰ ਵੀ ਦੋ ਬੰਦੇ ਚਾਹੀਦੇ ਹੁੰਦੇ। ਨਹੀਂ ਭਾਜੀ, ਮੈਂ ਥੋੜ੍ਹਾ ਜਿਹਾ ਸਿੱਖਿਆ ਸੀਗਾ, ਸਾਲ ਕੁ ਤਾਂ ਮੈਂ ਇਹੀ ਵਜਾਇਆ ਵਾ, ਹਵਾ ਪੱਖਾ। ਅੱਛਾ, ਕਿਸੇ ਨਾ? ਹਾਂ ਭਾਜੀ, ਫਿਰ ਇੱਕ ਬੰਦਾ ਹੋਰ ਰੱਖੋ ਨਾ, ਇੱਕ ਆ ਵਜਾਉਣ ਨੂੰ ਵੀ। ਮੈਂ ਤਾਂ ਦੋ ਬੰਦੇ ਰੱਖੇ ਹੋਏ ਸੀ। ਅੱਛਾ ਜੀ, ਉਸ ਟਾਈਮ ਤੇ। ਹਾਂ, ਇਹਨੂੰ ਵਜਾਉਣ ਲਈ ਤੁਸੀਂ ਦੋ ਬੰਦੇ ਰੱਖੇ ਸੀ? ਦੋ ਬੰਦੇ ਰੱਖੇ ਹੋਏ ਸੀ ਤੇ ਉਹ ਵਜਾ ਲੈਂਦੇ ਸੀ ਭਾਜੀ ਠੀਕ ਠਾਕ? ਨਹੀਂ, ਉਹ ਕਈ ਵਾਰੀ ਜਦੋਂ ਮੈਂ ਉਹਨਾਂ ਨੂੰ ਝੜਕ ਝੁੜਕ ਦਿੰਦਾ ਸੀ, ਸਾਰੇ ਜ਼ਿਆਦਾ ਹਵਾ ਮਾਰ ਦਿੰਦੇ ਸੀ, ਦੋ ਵਾਰੀ ਵਾਜਾ ਪਾੜਿਆ ਮੈਂ ਆਪਦਾ। ਅੱਛਾ ਜੀ, ਹੋਰ ਇੱਕ ਵਾਰੀ ਹਾਂ ਮੇਰੇ ਯਾਦ ਹੈ। ਹਾਂ ਜੀ, ਅਸੀਂ ਕੋਠੇ 'ਤੇ ਬੈਠੇ ਹੋਏ ਸੀ ਤੀਜੀ ਮੰਜ਼ਿਲ 'ਤੇ, ਚਾਰ ਕੋਠੀਆਂ ਛੱਡ ਕੇ ਤੀਜੀ ਮੰਜ਼ਿਲ 'ਤੇ ਟਿਊਸ਼ਨ ਚੱਲ ਰਹੀ ਸੀ ਬੱਚਿਆਂ ਦੀ, ਮਤਲਬ ਮੁੰਡੇ ਕੁੜੀਆਂ ਦੀ। ਅੱਛਾ, ਸਰਦੀਆਂ ਦੇ ਇਹੋ ਜਿਹੇ ਦਿਨ ਸੀ। ਕਿਆ ਬਾਤ ਹੈ! ਇੱਕ ਮੇਰਾ ਦੋਸਤ ਆਇਆ, ਕਹਿੰਦਾ ਆਪਾਂ ਇੱਕ ਗਾਣਾ ਸੁਣਾਉਣਾ, ਮੈਂ ਪੱਖਾ ਮਾਰੂੰਗਾ ਬਾਜੇ ਨੂੰ। ਕਿਆ ਬਾਤ! ਅਤੇ ਕਹਿੰਦਾ ਆਹ ਮੇਰੀ ਸਹੇਲੀ ਦਾ ਨਾਂ ਹੈ, ਉਹਦਾ ਨਾਂ ਵਿੱਚ ਲੈ ਦਿਓ ਹੈ ਨਾ। ਨਾਂ ਪਹਿਲਾਂ ਤੋਂ ਹੀ ਮੈਂ ਬੜੇ ਲੈਂਦਾ ਰਿਹਾ ਹੈ ਨਾ, ਸਾਰੇ ਦੋਸਤਾਂ ਦੇ ਸਹੇਲੀਆਂ ਦੇ। ਸੋ ਭਾਈ ਪੱਖਾ, ਮੈਂ ਗਾਣਾ ਸ਼ੁਰੂ ਕਰ ਲਿਆ, ਗਾਣਾ ਬੜਾ ਵਧੀਆ ਜਾ ਰਿਹਾ ਸੀ ਹੈ ਨਾ, ਕੁੜੀ ਵੀ ਸਾਹਮਣੇ ਬੈਠੀ ਸ਼ਰਮਾ ਰਹੀ ਸੀ ਹੈ ਨਾ, ਜਿਹੜਾ ਪੜ੍ਹਾਉਣ ਵਾਲਾ ਸੀ ਉਹ ਬੜਾ ਗੁੱਸੇ 'ਚ ਆ ਰਿਹਾ ਸੀ ਵੀ ਹੁਣ ਇਹਨਾਂ ਨੂੰ ਕਹਿ ਵੀ ਨਹੀਂ ਸਕਦਾ ਵੀ ਆਪਦੇ ਕੋਠੇ 'ਤੇ ਬੈਠੇ ਹੈ ਨਾ, ਅਸੀਂ ਬੈਠੇ ਸੀ ਯਾਰ, ਅਸੀਂ ਗਾ ਰਹੇ ਸੀ, ਸਾਡਾ ਜੀ ਕਰਦਾ। ਸੋ ਭਾਈ ਕੁੜੀ ਖੁਸ਼ ਹੋ ਰਹੀ ਸੀ, ਇੱਧਰੋਂ ਮੇਰਾ ਯਾਰ ਉਹ ਵੀ ਪੂਰਾ ਖੁਸ਼ ਹੋ ਰਿਹਾ ਵੀ ਲੈ ਵੀ ਅੱਜ ਤਾਂ ਬਣ ਗਈ ਗੱਲ ਹੈ ਨਾ। ਉਹਨੇ ਸਾਲੇ ਨੇ ਐਕਸਾਈਟਮੈਂਟ 'ਚ ਹਵਾ ਵਾਲੀ ਭਰਤੀ, ਇੱਧਰੋਂ ਮੇਰੇ ਸੁਰ ਘੱਟ ਦੱਬੇ ਗਏ, ਉਹ ਬਾਜਾਂ ਅੰਦਰੋਂ ਪਾੜ ਗਿਆ।
ਬਸ ਉਸ ਤੋਂ ਬਾਅਦ ਫਿਰ ਇਕੱਲਾ ਪੜ੍ਹਾਉਣ ਵਾਲਾ ਜਿਹੜਾ ਟਿਊਟਰ ਸੀ ਉਹ ਵੀ ਖੁਸ਼ ਹੋਇਆ ਰੋ ਤਾਂ ਅਸੀਂ ਰਹੇ ਸੀ ਹਾਂਜੀ ਪਰ ਐਨੀਵੇਸ ਕੋਈ ਗੱਲ ਨਹੀਂ ਉਸਤਾਦ ਜੀ ਦੱਸੋ ਤੁਹਾਨੂੰ ਕੀ ਸੁਣਾਵਾਂ ਮੈਂ ਆਪਾਂ ਪ੍ਰੋਪਰ ਇੱਕ ਮੇਰਾ ਯਾਰ ਜਿਹੜਾ ਕਿ ਸੁਰਾਂ ਬਣਾਉਂਦਾ ਬਾਜੇ ਦੀਆਂ ਮਿਊਜ਼ਿਕ ਦੀਆਂ ਤੇ ਹੁਣ ਉਹਨੇ ਢਿੱਡ ਵੀ ਘਟਾ ਲਿਆ ਅੱਛਾ ਜੀ ਕਿਉਂਕਿ ਪਹਿਲਾਂ ਢਿੱਡ ਉਹਦਾ ਕੀਬੋਰਡ ਦੇ ਨਾਲ ਲੱਗ ਜਾਂਦਾ ਸੀ ਅੱਛਾ ਸੁਰ ਆਪਣੇ ਆਪ ਚੱਲਦੇ ਹੋਣੇ ਹਾਂ ਬਹੁਤ ਪਤਲਾ ਹੋ ਗਿਆ ਮੈਂ ਉਸ ਬੰਦੇ ਨੂੰ ਇੱਥੇ ਆਪਣੇ ਚਾਹ ਦੇ ਖੋਖੇ ਤੇ ਬੁਲਾਉਣਾ ਚਾਹੂੰਗਾ ਬਿਲਕੁਲ ਜਿਹੜਾ ਬੰਦਾ ਥੋੜੇ ਕੁ ਦਿਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਹਿੱਟ ਹੋ ਗਿਆ ਐਜ਼ ਅ ਮਿਊਜ਼ਿਕ ਡਾਇਰੈਕਟਰ ਕੀ ਬਾਤ ਤਿੰਨ ਪੈਗ ਹੋਸਟਲ ਸਾਡੇ ਵਾਲਾ shaadi.com ਡਿਫਾਲਟਰ ਮੈਨੂੰ ਗਾਣਾ ਸਿਖਾਣਗੇ ਡਿਫਾਲਟਰ ਉਹਦਾ ਗਾਣਾ ਆਇਆ ਡਿਫਾਲਟਰ ਅੱਛਾ ਗਾਣਾ ਸੋ ਆਪਾਂ ਉਹਨੂੰ ਬੁਲਾਉਣੇ ਆ ਜਲਦੀ ਭਾਜੀ ਉੱਡ ਕੇ ਆ ਰਿਹਾ ਸਾਡੇ ਸਾਰਿਆਂ ਦੇ ਵਿਚਕਾਰ ਜਾਨੀ ਕਿ ਉੱਡ ਕੇ ਆਊਗਾ ਮਿਸਟਾ ਬਾਜ਼ 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 ਕੀ ਬਾਤ ਹੈ ਭਾਜੀ ਕੀ ਬਾਤ ਹੈ ਬਹੁਤ ਬਹੁਤ ਸਵਾਗਤ ਹੈ ਇੱਕ ਮਿੰਟ ਤੁਸੀਂ ਮਿਊਜ਼ਿਕ ਸਿੱਖਣਾ ਜੀ ਹਾਂਜੀ ਹਾਂਜੀ ਭਾਜੀ ਇਧਰੋਂ ਦੀ ਆ ਜਾਓ ਇਧਰੋਂ ਸਿੰਗਲ ਟਰੈਕ ਵਾਲਾ ਸਿੰਗਲ ਟਰੈਕ ਕਰਨਾ ਸਿੰਗਲ ਟਰੈਕ ਹਾਂਜੀ ਹਾਂਜੀ ਭਾਜੀ ਰਿਲੀਜ਼ ਵੀ ਕਰਾ ਦੀ ਹਾਂ ਉਹ ਪੈਸੇ ਲੱਗੂਗੇ ਭਾਈ ਉਹਦੇ ਤਾਂ ਪੈਸੇ ਤੁਹਾਨੂੰ ਦੇ ਦੇਣਗੇ ਨਹੀਂ ਭਾਈ ਸ਼ਕਲ ਦੇਖੋ ਚੱਲ ਚਾ ਮੈਂ ਦੇ ਦੂੰਗਾ ਸਿੱਖੋ ਸੁਣਾਓ ਹਾਂਜੀ ਕੀ ਸੁਣਨਾ ਭਾਜੀ ਜੋ ਮਰਜ਼ੀ ਸੁਣਾਓ ਲਾ 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 ਓ ਨਾ ਨਾ ਭਾਈ ਹੋਰ ਗੱਲਾਂ ਬਾਤਾਂ ਕਰਦੇ ਨਾਲੇ ਭਾਈ ਦਾ ਸਵਾਗਤ ਨਾਲੇ ਉੱਥੇ ਬਰਫ ਵੀ ਪੈ ਗਈ ਨਾ ਤਾਂ ਕਰਕੇ ਉੱਡਿਆ ਕਿਉਂਕਿ ਹੁਣ ਬਰਫ ਚ ਉੱਡਿਆ ਤਾਂ ਜਾਣਾ ਨਹੀਂ ਸੀ ਮਿਸਟਾ ਬਾਸ ਚਲੋ ਫਿਰ ਖਾਮ ਖਾ ਦੀ ਸਲਾਹ ਅੱਛਾ ਹਾਂਜੀ ਮਤਲਬ ਇਹ ਇਹੋ ਜਿਹੀ ਚੀਜ਼ ਹੈ ਪੰਜਾਬ ਚ ਵੀ ਹਰ ਬੰਦਾ ਦਿੰਦਾ ਜੀ ਪਰ ਕੋਈ ਲੈ ਕੇ ਰਾਜੀ ਨਹੀਂ ਬਿਲਕੁਲ ਫ੍ਰੀ ਦੀ ਸਲਾਹ ਹੈ ਨਾ ਤੁਸੀਂ ਵੀ ਕੋਈ ਵੀ ਆਪਣੇ ਸੱਜਣ ਮਿੱਤਰ ਨੂੰ ਭਾਜੀ ਹੈ ਨਾ ਕੋਈ ਵੀ ਚਾਹਣ ਵਾਲੇ ਨੂੰ ਕੋਈ ਵੀ ਸੱਜਣ ਮਿੱਤਰ ਨੂੰ ਭਾਜੀ ਖਾਮ ਖਾ ਦੀ ਸਲਾਹ ਦੇਣੀ ਹੈ ਠੀਕ ਹੈ ਇੱਕ ਮਿੰਟ ਮੈਂ ਜਿਹੜਾ ਆਪਣੇ ਦਸਤਾਵੇਜ਼ ਚੱਕ ਲਵਾਂ ਓ ਹਾਂਜੀ ਭਾਜੀ ਕਿਹਨਾਂ ਨੂੰ ਦੋਗੇ ਜੀ ਖਾਮ ਖਾ ਦੀ ਸਲਾਹ ਮੇਰਾ ਖਿਆਲ ਹੈ ਯਾਰ ਮੈਂ ਪਰਮੇਸ਼ ਨੂੰ ਸਲਾਹ ਦੇਣੀ ਚਾਹੁੰਦਾ ਹਾਂ ਹਾਂਜੀ ਭਾਜੀ ਪਰਮੇਸ਼ ਭਾਜੀ ਵੀ ਆਏ ਸੀਗੇ ਉਦੋਂ ਮੇਰੀ ਰੇਡੀ ਹੁੰਦੀ ਸੀ ਭਾਜੀ ਅੱਛਾ ਤਰੱਕੀ ਹੋ ਗਈ ਪ੍ਰਮੋਸ਼ਨ ਹੋ ਗਈ ਹਾਂਜੀ ਪਰਮੇਸ਼ ਭਾਈ ਨੂੰ ਖਾਮ ਖਾ ਦੀ ਸਲਾਹ ਪਰਮੇਸ਼ ਨੂੰ ਮੇਰੀ ਇਹ ਸਲਾਹ ਵੀ ਵਿਆਹ ਕਰਾ ਲਵੇ ਹੁਣ ਅੱਛਾ ਜੀ ਹੈਨਾ ਤੇ ਥੋੜਾ ਜਿਹਾ ਫਿਰ ਇਹ ਹੈ ਕਿ ਨਾਲੇ ਤਾਂ ਉਹਦੀ ਸਨੈਪਚੈਟ ਘਟੂ ਥੋੜੀ ਜਿਹੀ ਪਾਉਣੋ ਹੈਨਾ ਅੱਛਾ ਜੀ ਪਰ ਮੈਨੂੰ ਡਰ ਇਹ ਹੈ ਵੀ ਕਿਤੇ ਵਿਆਹ ਵਾਲੇ ਦਿਨ ਵੀ ਨਾ ਸਨੈਪਚੈਟਾਂ ਪਾਈ ਜਾਵੇ ਹੈਨਾ ਸੋ ਉਹਦਾ ਵਿਆਹ ਦੇਖਣ ਨੂੰ ਬੜਾ ਜੀ ਕਰਦਾ ਅੱਛਾ ਜੀ ਵਿਆਹ ਦੇਖਣ ਨੂੰ ਜੀ ਕਰਦਾ ਪਰਮੇਸ਼ ਦਾ ਬਿਲਕੁਲ ਹੈਨਾ ਚਾਹੇ ਉਹੀ ਕਰਾ ਲਵੇ ਮਤਲਬ ਅਸੀਂ ਜਾਣ ਜੋਗੇ ਹੋਈਏ ਉੱਥੇ ਹੈਨਾ ਫਿਰ ਮੈਂ ਪਰਮੇਸ਼ ਦੇ ਵਿਆਹ 'ਤੇ ਮੈਂ ਡਾਕਾ ਮਾਰੂੰਗਾ ਜਾ ਕੇ ਅੱਛਾ ਮੈਂ ਕਹੂੰਗਾ ਯਾਰ ਮੈਂ ਤਾਂ ਕਨੇਡਾ ਮੈਂ ਮੈਥੋਂ ਆਇਆ ਨਹੀਂ ਜਾਣਾ ਪਰ ਮੈਂ ਉੱਥੇ ਜਾ ਕੇ ਜਮਾਂ ਉੱਥੇ ਜਾ ਕੇ ਡਾਕਾ ਮਾਰੂੰਗਾ ਦੇਖੂੰਗਾ ਵੀ ਕੀ ਕਰ ਰਿਹਾ ਅਤੇ ਉਹਦੇ ਯਾਰਾਂ ਬੇਲੀਆਂ ਨੂੰ ਮੇਰੀ ਇਹ ਸਲਾਹ ਵੀ ਸੁਹਾਗ ਰਾਤ ਵਾਲੇ ਦਿਨ ਇਹਦਾ ਫੋਨ ਫੜ ਲਿਓ ਅੱਛਾ ਕਿ ਨਹੀਂ ਬਿਲਕੁਲ ਭਾਜੀ ਇੱਥੇ ਹੁਣ ਆਪਾਂ ਖਾਮ ਖਾ ਦੀ ਸਲਾਹ ਐਂਡ ਕਰ ਦਿੰਦੇ ਹਾਂ ਦਾ ਐਂਡ ਖਾਮ ਖਾ ਦੀ ਸਲਾਹ ਦਾ ਐਂਡ ਸਨੈਪਚੈਟ ਲੌਗ ਆਊਟ ਸਨੈਪਚੈਟ ਲੌਗ ਆਊਟ ਕੀ ਬਾਤ ਹੈ ਭਾਜੀ ਇੱਕ ਮਿੰਟ ਮੈਂ ਨਾ ਜਿਹੜਾ ਖਾਮ ਖਾ ਦੀ ਸਲਾਹ ਭਾਜੀ ਭੇਜਣੀ ਵੀ ਹੈ ਨਾ ਉਹ ਸੈਲੀਬ੍ਰਿਟੀ ਲੈਟਰ ਬਾਕਸ ਇੱਕ ਮਿੰਟ ਭਾਜੀ ਤੇ ਮੈਂ ਉਹਦਾ ਨੰਬਰ ਹੀ ਦੇ ਦਿੰਦਾ ਤੂੰ ਨੰਬਰ ਫੋਨ ਹੀ ਕਰ ਲਾ ਭਾਜੀ ਇਹ ਬਹੁਤ ਫਾਸਟ ਹੈ ਲੈ ਉਹ ਬਹੁਤ ਜ਼ਿਆਦਾ ਓਕੇ ਜਿੱਦਾਂ ਹੁਣ ਆਪਾਂ ਪਾਇਆ ਵੀ ਥੱਲੋਂ ਹੈ ਭਾਜੀ ਨੇ ਜਾਊਗਾ ਤੇਜ਼ ਹੈ ਉਹਦੀ ਕਟਿੰਗ ਨਹੀਂ ਸਹੀ ਹੋਈ ਭਾਈ ਹੱਥ ਪੜਦਾ ਉਹ ਤਾਂ ਕਰਕੇ ਉਹਦਾ ਜਿਗਾੜ ਰੱਖਿਆ ਇੱਕ ਅੱਛਾ ਹੈ ਨਾ ਤੁਹਾਨੂੰ ਪਤਾ ਦੁਨੀਆ ਕਿੱਥੇ ਚੱਲਦੀ ਹੈ ਜਿਗਾੜ ਤੇ ਬਹੁਤ ਅੱਛੀ ਭਾਜੀ ਬਹੁਤ ਅੱਛੀ ਜੋੜੀ ਭਾਜੀ ਤੁਹਾਡੀ ਇੰਨੇ ਗਾਣੇ ਹਿੱਟ ਭਾਜੀ ਤੁਹਾਡਾ ਨਵਾਂ ਗਾਣਾ ਵੀ ਆ ਗਿਆ ਭਾਜੀ ਗੇੜੀਆਂ ਨਾ ਜੁਦਾ ਕੀ ਬਾਤ ਹੈ ਭਾਜੀ ਚਲੋ ਆ ਜਾਓ ਅੱਛਾ ਭਾਜੀ ਗੇੜੀਆਂ ਗਾਣਾ ਆਇਆ ਤੇ ਭਾਜੀ ਫਿਰ ਸੁਣਾਉਣਾ ਤਾਂ ਬੰਦ ਆ ਭਾਜੀ ਉਹਨਾਂ ਦਾ ਰੈਪ ਤੁਹਾਡੀ ਆਵਾਜ਼ ਓਏ ਹੋਏ ਮਜ਼ਾ ਆ ਜਾਵੇ ਲਓ ਮਿਸਟੇਕ ਖੁੱਲ ਵੱਜੇ ਕੰਮ ਦਾ ਟਾਈਮ ਆ ਗਿਆ ਬਾਈ
ਸਾਤ ਹੁੰਦੇ ਨਾ ਜੇ ਯਾਰ ਵੈਰ ਨੇ ਤੂੰ ਤਾਂ ਗਈ ਸੀ ਮਾਰ ਵੈਰ ਨੇ ਖੋਖੇ ਪਾਰੇ ਉੱਤੇ ਮਹਿਫਲਾਂ ਸਜਾਈਆਂ ਯਾਰ ਕਹਿੰਦੇ ਬੈਠ ਗੱਡੀ 'ਚ ਲਵਾਏ ਪੈਗ ਨਾਲੇ ਗੇੜੀਆਂ ਲਵਾਈਆਂ ਯਾਰ ਕਹਿੰਦੇ ਬੈਠ ਗੱਡੀ 'ਚ ਯੇ ਬੀਟਾਂ ਉੱਤੇ ਨੱਚਦੇ ਨੇ ਲੋਕ ਬੱਲੀਏ ਮਿੱਤਰਾਂ ਤੇ ਆਹੀ ਆ ਆਰੋਪ ਬੱਲੀਏ ਚੁੱਪ ਰਹਿੰਦੇ ਅਸੀਂ ਸਾਰਾ ਜੱਗ ਬੋਲਦਾ ਆਮ ਪਿੱਠ ਪਿੱਛੇ ਹੁੰਦੀ ਸ਼ਿਟ ਟੋਕ ਬੱਲੀਏ ਕੂਲ ਅਸੀਂ ਬਿੱਲੋ ਕੂਲ ਸਾਡੇ ਅੰਦਾਜ਼ ਫੇਸ ਤੇ ਸਮਾਈਲ ਨਹੀਂ ਉਹ ਰੋਣ ਦਾ ਰਿਵਾਜ਼ ਜੇ ਮਿੱਤਰਾਂ ਦੇ ਟੈਲੈਂਟ ਦੇ ਸ਼ੱਕ ਬੱਲੀਏ ਗੂਗਲ ਤੇ ਪਾਲਾ ਜਾ ਕੇ ਮਿਸਟਾ ਬਾਜ਼ 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 ਕੀ ਬਾਤ ਹੈ ਭਾਜੀ ਕੀ ਬਾਤ ਹੈ ਸੁਪਰ ਡੁਪਰ ਹਿੱਟ ਗਾਣਾ ਭਾਜੀ ਗੇੜੀਆਂ ਜਿੰਨੀਆਂ ਗੇੜੀਆਂ ਲਾਈਆਂ ਭਾਜੀ ਉਨੇ ਵਿਊਜ਼ ਆਉਣੇ ਨੇ ਦੇਖਿਓ ਤੁਸੀਂ ਸ਼ੁਕਰੀਆ ਜੀ ਬਹੁਤ ਬਹੁਤ ਹਾਂਜੀ ਅੱਛਾ ਮਿਸਟਾ ਬਾਜ਼ ਭਾਜੀ ਕਿਹੜੀ ਐਸੀ ਸ਼ਰਾਰਤ ਹੈ ਜਿਹੜੀ ਤੁਸੀਂ ਹਜੇ ਵੀ ਕਰਨ ਤੋਂ ਬਾਜ਼ ਨਹੀਂ ਆਉਂਦੇ ਮੈਂ ਬਾਈ ਹਜੇ ਵੀ ਕਈ ਵਾਰ ਬਾਈ ਕੁੜੀਆਂ ਛੇੜ ਲੈਂਦੀਆਂ ਹੈ ਭਾਜੀ ਐਦਾਂ ਨਹੀਂ ਆਇਆ ਤਾਂ ਪਰ ਚਲੋ ਕੋਈ ਨਾ ਪੰਜ ਛਾਨ ਲਈ ਚੱਲ ਕਿਆ ਅੱਛਾ ਇਹ ਤਾਂ ਉਹ ਗੱਲ ਹੋ ਗਈ ਭਾਜੀ ਭਾਜੀ ਤੁਸੀਂ ਸਾਨੂੰ ਗੱਲ ਕਹਿ ਕੇ ਡਰਾ ਦਿੱਤਾ ਤੇ ਤੁਸੀਂ ਨੀ ਛੇੜਦੇ ਭਾਜੀ ਅਸੀਂ ਨਹੀਂ ਛੇੜਦੇ ਨਹੀਂ 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 ਉਸਤਾਦ ਲੋਕ ਇਸ ਬਾਤ ਪੇ ਇਸ ਬੰਦੇ ਕੇ ਲਈ ਆਥੂ ਕਮਾਲ ਇਹ ਬੰਦਾ ਝੂਠ ਬੋਲਦਾ ਮੇਰੀ ਗੱਲ ਸੁਣ ਉਹ ਦੇਖੋ ਜਿਹੜੇ ਵੀ ਮੇਰੇ ਨਾਲ ਆਇਆ ਜਦੋਂ ਇਹਨੂੰ ਇਹਨੂੰ ਥੋੜਾ ਸੰਭਾਲ ਕੇ ਆਪਣੇ ਨਾਲ ਜਦੋਂ ਗੱਡੀ 'ਚ ਜਾਂਦਾ ਹੁੰਦਾ ਇਹਨੂੰ ਬੰਨ ਬੁੰਨ ਕੇ ਰੱਖਿਆ ਕਰੋ ਭਾਜੀ ਹੁਣ ਇੱਕ ਨਾ ਮਿਊਜ਼ਿਕ ਰਿਲੇਟਡ ਸਵਾਲ ਹੈ ਤੁਸੀਂ ਇੰਨੇ ਗਾਣੇ ਹਿੱਟ ਦੇ ਚੁੱਕੇ ਹੋ ਹਨਾ ਕਿਹੜਾ ਐਸਾ ਸੋਰਾ ਜਿਹੜਾ ਸਾਰੇ ਲਾ ਸਕਦੇ ਆ ਅੱਠਵਾਂ ਅੱਛਾ ਜੀ ਅੱਠਵਾਂ ਅੱਠਵਾਂ ਉਹੀ ਵਾਲਾ ਬਾਈ ਟਿਕਟੋਕ ਵਾਲਾ ਟਿਕਟੋਕ ਓਹ ਇਹ ਇਹ ਵਾਲੀ ਮੈਨੂੰ ਗੱਲ ਨਹੀਂ ਸਮਝ ਆਈ ਮੈਨੂੰ ਥੋੜਾ ਚਾਨਣਾ ਪਾਇਆ ਜਾਵੇ ਪਤਾ ਕੀ ਹੈ ਮੇਰੇ ਕੋਲ ਇੱਕ ਦਿਨ ਮਨਾਲੀ ਆਇਆ ਕਹਿੰਦਾ ਬਾਈ ਮੈਂ ਸੱਤੇ ਦੇ ਸੁਰ ਲਾ ਲਏ ਕੋਈ ਅਜੇ ਤੱਕ ਸਿੰਗਲ ਟਰੈਕ ਨਹੀਂ ਬਣਿਆ ਕੋਈ ਕੁਛ ਨਹੀਂ ਬਣਿਆ ਮੈਂ ਕਿਹਾ ਤੂੰ ਅੱਠਵਾਂ ਸੁਰ ਤਾਂ ਭੁੱਲ ਗਿਆ ਕਹਿੰਦਾ ਕੀ ਮੈਂ ਕਿਹਾ ਸਨੈਪਚੈਟ ਟਿਕਟੋਕ ਇੰਸਟਾਗ੍ਰਾਮ ਮਤਲਬ ਇਹ ਅੱਠਵਾਂ ਸੁਰ ਹੈ ਮਤਲਬ ਜੇ ਬੰਦਾ ਇਹਨਾਂ ਨੂੰ ਇਹ ਸੁਰ ਨੂੰ ਪਾਰ ਕਰ ਲੈਂਦਾ ਪਾ ਲੈਂਦਾ ਤੇ ਫਿਰ ਤੁਸੀਂ ਕਾਫੀ ਗਾਣੇ ਦੇ ਤੇ ਹੁਣ ਹਿੱਟ ਹਨਾ ਤੇ ਭਾਜੀ ਜਦੋਂ ਤੁਸੀਂ ਮਹਿਫਲਾਂ ਚ ਬੈਠੇ ਹੁੰਦੇ ਹੋ ਕਿਹੜਾ ਐਸਾ ਯਾਰ ਆ ਭਾਜੀ ਮਹਿਫਲ ਤੋਂ ਬਾਅਦ ਉਹਨੂੰ ਫੜਨਾ ਪੈਂਦਾ ਬਾਂਹ ਫੜ ਲੱਤਾਂ ਤੋਂ ਫੜ ਕਿਹੜਾ ਐਸਾ ਯਾਰ ਆ ਭਾਜੀ ਮਹਿਫਲਾਂ ਤੋਂ ਬਾਅਦ ਜਿਹਨੂੰ ਐਵੇਂ ਫੜਨਾ ਪੈਂਦਾ ਮਿਸਟਰ ਮੈਂ ਤੇਰਾ ਨਾਂ ਲੈਣਾ ਨਹੀਂ ਚਾਹੁੰਦਾ ਸਾਰੇ ਹੀ ਬਾਈ ਦੇਖੋ ਇਹ ਇਹ ਡਿਪੈਂਡ ਕਰਦਾ ਦੇਖੋ ਅਸੀਂ ਪਹਿਲੀ ਤਾਂ ਗੱਲ ਬੈਨੀ ਉੱਥੇ ਹੈ ਵੀ ਜਿੱਥੋਂ ਬਾਹਰ ਬੂਰ ਕਿਤੇ ਨਾ ਜਾਣਾ ਪਵੇ ਬਸ ਇੱਥੋਂ ਹੀ ਆਰਡਰ ਹੋਵੇ ਆ ਗਿਆ ਆਰਡਰ ਉਹ ਬਾਹਰ ਦੇਖ ਬੰਦਾ ਯਾਰ ਲੱਭ ਨਹੀਂ ਰਿਹਾ ਉਹਨੂੰ ਘਰ ਹਾਂ ਹਾਂ ਬਈਆ ਆ ਰਹਾ ਲੜਕਾ ਆ ਰਹਾ ਉਹ ਖਜੂਰ ਕੇ ਪਾਸ ਖੜੋ ਤੂੰ ਅਸੀਂ ਜਾਂਦੇ ਹੁੰਦੇ ਨੀ ਕਿਤੇ ਮਤਲਬ ਜਿਹੜੇ ਸੋਫੇ ਤੇ ਬੈਠੇ ਆ ਬਸ ਫਿਰ ਉੱਥੇ ਹੀ ਰਜਾਈ ਮੰਗਾ ਲਈਦੀ ਆ ਭਾਜੀ ਤੁਸੀਂ ਆ ਜਿਹੜੀ ਹੁਣੇ ਥੋੜ੍ਹੀ ਜਿਹੀ ਹਿੰਦੀ ਬੋਲੀ ਨਾ ਮੈਂ ਇੱਕ ਸੋਸ਼ਲ ਮੀਡੀਆ 'ਤੇ ਭਾਜੀ ਤੁਹਾਡਾ ਹਿੰਦੀ 'ਚ ਗਾਣਾ ਵੀ ਸੁਣਿਆ ਸੀਗਾ ਗੇੜੀਆਂ ਯਾਰ ਮੇਰੀ ਗੱਲ ਸੁਣੋ ਆਪਾਂ ਇੱਕ ਕੰਮ ਨਾ ਕਰੀਏ ਆਪਾਂ ਜਿੰਨੇ ਗਾਣੇ ਹੁਣ ਤੱਕ ਗਾਏ ਹੁਣ ਦੁਬਾਰਾ ਹਿੰਦੀ 'ਚ ਗਾਣੇ ਆ ਮਤਲਬ ਹਿੰਦੀ ਮੈਂ ਕਾਢ ਦਿੱਤੇ ਆ ਸਾਰੇ ਹਿੰਦੀ ਮੈਂ ਕਾਢ ਦਿੱਤੇ ਹਿੰਦੀ ਮੈਂ ਸੁਣਾ ਦਿਓ ਮੇਰੇ ਕੋਲ ਇੱਕ ਅੱਧਾ ਗਾਣਾ ਮਤਲਬ ਲੋਕੀ
ਪੰਜਾਬੀ ਵਾਲਾ ਗਾਣਾ ਘੱਟ ਪੁੱਛ ਰਹੇ ਸੀ ਅੱਜ ਮੈਂ ਸਵੇਰੇ ਵੀ ਪਤਾ ਨਹੀਂ ਕਿੱਥੇ ਗਿਆ ਉਹ ਭਾਜੀ ਤੁਸੀਂ ਜਿਹੜਾ ਹਿੰਦੀ ਮੇ ਗਾਣਾ ਗਾਇਆ ਹੈ ਨਾ ਇੰਸਟਾ ਪਰ ਤੁਹਾਡੀ ਫੋਟੋ ਲਾਭ ਕਰ ਕਾਢੀ ਨਿਕਾਲੀਆਂ ਗਾਲੀਆਂ ਸਭ ਨੇ ਰਾਜ ਕਰ ਨਿਕਾਲੀ ਗਾਲੀ ਸਭ ਨੇ ਰਾਜ ਕਰ ਦਿਲ ਕਾ ਸਾਰਾ ਗੁਬਾਰ ਨਿਕਾਲਾ ਫਰੈਂਡ ਤੁਮਾਰੀ ਕਾ ਨੰਬਰ ਲੈ ਲਿਆ ਫੋਨ ਉਸਕੋ ਕਰਕੇ ਫਿਰ ਗਾਲੀ ਉਸਕੋ ਵੀ ਨਿਕਾਲੀ ਯਾਰ ਕਹਿ ਦੋਸਤ ਕਹਤੇ ਗਾੜੀ ਮੇ ਬੈਠੋ ਲਗਾਏ ਪੈਗ ਪੀ ਹਮਨੇ ਮਦਿਰਾ ਔਰ ਪੀ ਕੇ ਮਦਿਰਾ ਹਮਨੇ ਫਿਰਕੀਆਂ ਲਗਾਈਆਂ ਦੋਸਤ ਮਿੱਤਰ ਬੋਲੇ ਗਾੜੀ ਬੈਠੋ ਗਾੜੀ ਮੇ ਗਾੜੀ ਮੇ ਬੈਠੋ ਕਿਆ ਬਾਤ ਹੈ ਭਾਜੀ ਯਾਰ ਸ਼ੁਕਰੀਆ ਸੱਚੀ ਮਜ਼ਾ ਆ ਗਿਆ ਭਾਜੀ ਇਸਤਿਖਬਾਲ ਹੈ ਓ ਬਾਈ ਹੁਣ ਉਰਦੂ ਚ ਨਾ ਕਹਿ ਦਿਓ ਕੌਣ ਨੂੰ ਨਹੀਂ ਨਹੀਂ ਭਾਜੀ ਹਾਂ ਸੁਣਾ ਸਕਦੇ ਨਹੀਂ ਡਿਕਸ਼ਨਰੀ ਲੋਕ ਕਹਿੰਦੇ ਡਿਕਸ਼ਨਰੀ ਸ਼ਰੀਫ ਰੱਖੋ ਬਿਲਕੁਲ ਭਾਜੀ ਬਸ ਇਤਨਾ ਸਹੀ ਹੈ ਭਾਜੀ ਹੁਣ ਹਿੰਦੀ ਚ ਤੁਸੀਂ ਗਾਣਾ ਗਾਇਆ ਸੀਗਾ ਹਨਾ ਤੇ ਕਾਫੀ ਟਿੱਪਣੀਆਂ ਹੋਈਆਂ ਭਾਜੀ ਹਨਾ ਕਾਫੀ ਕਮੈਂਟ ਆਏ ਹੁਣ ਭਾਜੀ ਹੁਣ ਤੁਸੀਂ ਤੇ ਤੁਸੀਂ ਭਾਜੀ ਟਿੱਪਣੀ ਵੀ ਕਰਨੀ ਹੈ ਮੈਂ ਜਿਹੜੀਆਂ ਗੱਲਾਂ ਪੁੱਛਾਂਗਾ ਹਾਂਜੀ ਚਲੋ ਕਰੋ ਅੱਛਾ ਭਾਜੀ ਉਹ ਯਾਰ ਜਿਹੜਾ ਸਹੇਲੀ ਨਾਲ ਗੱਲ ਕਰਦਾ ਹੋਇਆ ਆਪਣੇ ਕੰਨ ਦੇ ਵਿੱਚ ਹੈੱਡਫੋਨ ਲਾ ਕੇ ਠੀਕ ਹੈ ਤੇ ਦੂਜਾ ਹੈੱਡਫੋਨ ਆਪਣੇ ਯਾਰ ਦੇ ਕੰਨ ਵਿੱਚ ਲਾ ਦਿੰਦਾ ਉਸ ਯਾਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬਾਈ ਇੱਦਾਂ ਦੇ ਯਾਰ ਤਾਂ ਸਾਰਿਆਂ ਦੇ ਹੋਣ ਪਹਿਲੀ ਗੱਲ ਅੱਛਾ ਇਹਨਾਂ ਇੰਨੇ ਦਿਲਦਾਰ ਜੇ ਹਨਾ ਬੰਦੇ ਬਿਲਕੁਲ ਕਈ ਵਾਰ ਇੱਦਾਂ ਵੀ ਹੁੰਦਾ ਬਾਈ ਆਪਣਾ ਜਿਹੜਾ ਇੱਕ ਕੰਨ 'ਚ ਲਾਇਆ ਹੁੰਦਾ ਨਾ ਉਹਨੇ ਉਹ ਵੀ ਮੈਨੂੰ ਦੇ ਦਿੰਦਾ ਅੱਛਾ ਦੋਨੋਂ ਹਾਂ ਕਿਉਂਕਿ ਆਪਾਂ ਕੀ ਕਰਨਾ ਹੁੰਦਾ ਫੋਨ ਤੇ ਸਹੇਲੀਆਂ ਨਾਲ ਕੀ ਕਰਨਾ ਹੁੰਦਾ ਅੱਛਾ ਹਾਂ ਹਾਂ ਬਸ ਕਈ ਵਾਰ ਉਹ ਪਬਜੀ ਖੇਡਦਾ ਹੁੰਦਾ ਮੈਂ ਘੰਟੇ ਘੰਟੇ ਹਾਂਜੀ ਫਿਰ ਐਂਡ 'ਚ ਇਹ ਕਰਦੇ ਆ ਗੁੱਡ ਨਾਈਟ ਬਾਬੂ ਕਿਆ ਬਾਤ ਹੈ ਭਾਈ ਬਹੁਤ ਵਧੀਆ ਜਵਾਬ ਦਿੱਤਾ ਮਿਸਟਰ ਭਾਈ ਨੇ ਅੱਛਾ ਤੇ ਮੈਂ ਵੀ ਨਹੀਂ ਇਸ ਚੀਜ਼ ਨੂੰ ਤੋੜ ਦਿੱਤਾ ਜਾਵੇ ਭਾਈ ਗੱਲਾਂ ਬਾਤਾਂ ਨਹੀਂ ਹੋਣੀਆਂ ਮੈਨੂੰ ਦੇ ਦਿਆ ਕਰ ਟੂਟੀਆਂ ਬਿਲਕੁਲ ਮੈਂ ਬਹੁਤ ਵਧੀਆ ਕਰਦਾ ਨਹੀਂ ਭਾਈ ਕਿੰਨੀ ਅੱਛੀ ਭਾਜੀ ਇੱਕ ਵਾਰੀ ਫੇਰ ਸੱਚੀ ਭਾਜੀ ਦੀ ਅੱਛਾ ਭਾਜੀ ਉਹ ਕੁੜੀ ਜਿਹਦੇ ਬੈਠਣ ਨਾਲ ਸੋਫਾ 5 ਇੰਚ ਥੱਲੇ ਧਸ ਜਾਂਦਾ ਹੈ ਜਿਹਨੇ ਸੋਫਾ ਦਫ਼ਨ ਕਰਤਾ ਬਹਿ ਕੇ ਉਹ ਫਿਰ ਤੈਨੂੰ ਕਰੀ ਦੂ ਚੱਕਣ ਵਾਲਾ ਭੰਗਾ ਨਹੀਂ ਓਏ ਭਾਜੀ ਸੱਚੀ ਬੜਾ ਮਜ਼ਾ ਆ ਰਿਹਾ ਭਾਜੀ ਤੁਹਾਡੇ ਨਾਲ ਚਾਹ ਤੇ ਚੁਸਕੀ ਲਾ ਕੇ ਸ਼ੈਰੀਮਾਨ ਭਾਜੀ ਤੇ ਮਿਸਤਾਬਾਜ ਭਾਜੀ ਸੱਚੀ ਭਾਈ ਉਹਨਾਂ ਦਾ ਗਾਣਾ ਵੀ ਆਇਆ ਗੇੜੀਆਂ ਸਾਰੇ ਜਾਣਿਆਂ ਨੇ ਸਪੋਰਟ ਕਰਨੀ ਹੈ ਜੀ ਗਾਣਿਆਂ ਨੂੰ ਅੱਛਾ ਭਾਜੀ ਟਿੱਪਣੀ ਦੀ ਆਖਰੀ ਗੱਲ ਹੈ ਜਦੋਂ ਕੋਈ ਬੰਦਾ ਹਨਾ ਪੇਪਰਾਂ ਦੀ ਘੱਟ ਤਿਆਰੀ ਕਰਦਾ ਤੇ ਬਾਬੇ ਅੱਗੇ ਜ਼ਿਆਦਾ ਅਰਦਾਸ ਕਰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਭਾਜੀ ਇਹਦੇ ਬਾਰੇ ਟਿੱਪਣੀ ਇਹੀ ਹੈ ਵੀ ਇੱਕ ਬੜੇ ਹੀ ਸਾਲ ਪਹਿਲਾਂ ਇੱਕ ਬੜੇ ਮਹਾਨ ਸ਼ਾਇਰ ਹੋਏ ਸੀ ਮਹਾਨ ਫਨਕਾਰ ਬਹੁਤ ਪਹਿਲਾਂ ਹੋਏ ਸੀ ਅੱਜ ਤੁਹਾਡੇ ਸਾਹਮਣੇ ਬੈਠੇ ਜੀ ਉਹਨਾਂ ਨੇ ਇੱਕ ਗੱਲ ਕਹੀ ਸੀ ਜਿਹੜੀ ਕਿ ਉਦੋਂ ਬਲੂਟੁੱਥਾਂ ਤੇ ਬਹੁਤ ਮਸ਼ਹੂਰ ਹੋਈ ਸੀ ਆਇਆ ਪੇਪਰਾਂ ਦਾ ਵੇਲਾ ਤੇ ਮੈਂ ਮੂੰਹਾਂ ਵੱਲ ਵੇਖਾਂ ਪਹਿਲਿਆਂ ਸਵਾਲਾਂ ਉੱਤੇ ਯਾਰੋ ਲੱਗੀਆਂ ਬਰੇਕਾਂ ਉਸ ਵੇਲੇ ਕੁੜੀ ਨੇ ਸਵਾਲ ਪੁੱਛਿਆ ਕਿਆ ਬਾਤ ਹੈ ਕਿਆ ਬਾਤ ਹੈ ਕਮਾਲ ਹੈ ਉਂਝ ਕਦੇ ਨਹੀਂ ਉਹ ਮੇਰਾ ਹਾਲ ਪੁੱਛਿਆ ਕਿਆ ਬਾਤ ਹੈ ਕਿਆ ਬਾਤ ਹੈ ਇਹ ਨੇ ਆਪਣੇ ਮਤਲਬ ਲੈਣੀਆਂ ਕਿਆ ਬਾਤ ਹੈ ਕਿਆ ਬਾਤ ਹੈ ਕੁੜੀਆਂ ਤੇ ਬੱਸਾਂ ਯਾਰੋ ਆਉਂਦੀਆਂ ਹੀ ਰਹਿਣੀਆਂ
ਵਾਹ 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 ਕੁੜੀਆਂ ਤੇ ਬੱਸਾਂ ਕੁੜੀਆਂ ਤੇ ਬੱਸਾਂ ਕੀ ਬਾਤ ਹੈ ਭਾਜੀ ਜੀ ਕਿਆ ਬਾਤ ਹੈ ਸੱਚੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਚਾਹ ਤੇ ਚੁਸਕੀ ਲਾ ਕੇ ਭਾਈ ਤੁਹਾਨੂੰ ਕਿੱਦਾਂ ਦਾ ਲੱਗਾ ਪਾਰੇ ਦੇ ਖੋਖੇ ਤੇ ਆ ਕੇ ਮਿਸਟਰ ਦੱਸੂਗਾ ਮਿਸਟਰ ਬਹੁਤ ਘੈਂਟ ਬਾਈ ਮੈਂ ਤਾਂ ਇੱਥੇ ਪਾਪੇ ਲੱਭਦਾ ਸੀ ਮੈਨੂੰ ਪਾਪੇ ਮਿਲ ਗਏ ਉੱਥੇ ਪਏ ਮੈਂ ਖਾ ਕੇ ਜਾਊਂਗਾ ਫੈਨ ਅੱਛਾ ਫੈਨ ਹਾਂਜੀ ਤੇ ਭਾਜੀ ਤੁਹਾਨੂੰ ਕਿੱਦਾਂ ਮੈਨੂੰ ਮੈਨੂੰ ਬਹੁਤ ਵਧੀਆ ਲੱਗਿਆ ਯਾਰ ਬਹੁਤ ਵਧੀਆ ਲੱਗਿਆ ਉਹ ਮੇਰਾ ਉਹ ਭੁਜੀ ਵਾਲਾ ਲਿਫਾਫਾ ਪਲੀਜ਼ ਵਾਪਸ ਕਰ ਦਿਓ ਅਸੀਂ ਹੁਣ ਦੁਬਾਰਾ ਵਾਪਸ ਵੀ ਜਾਣਾ ਹਾਂ ਬਈ ਵੈਸੇ ਟਾਈਮ ਵੀ ਮਿਸਟਰ ਭਾਜੀ ਇੱਕ ਮਿੰਟ ਦੇਇਓ ਦੁਬਾਰਾ ਦੇਇਓ ਇੱਕ ਮਿੰਟ ਦੁਬਾਰਾ ਦੇਇਓ ਇੱਕ ਮਿੰਟ ਫੋਟੋ ਵੀ ਹੁੰਦੀ ਨਾਲ ਭਾਜੀ ਫੋਟੋ ਵੀ ਕੀਤੀ ਆ ਜਾ ਨਾਲ ਖਚਕ ਮੂੰਹ ਚੋਂ ਕੱਢਣੀ ਪੈਂਦੀ ਆਵਾਜ਼ ਭਾਜੀ ਅੱਛਾ ਮਿਸਟਰ ਆ ਜੇਬ ਚ ਪਾ ਸਾਇਲੈਂਟ ਕੀਤਾ ਹੋਇਆ ਕੈਮਰਾ ਆਪਾਂ ਤੇ ਭਾਜੀ ਮੇਰੇ ਵੱਲੋਂ ਬਹੁਤ ਜ਼ਿਆਦਾ ਦੁਆਵਾਂ ਭਾਜੀ ਤੁਹਾਡੇ ਆਉਣ ਵਾਲੇ ਗਾਣੇ ਸੁਪਰ ਡੂਪਰ ਹਿੱਟ ਹੋਣ ਬਹੁਤ ਹੀ ਜ਼ਿਆਦਾ ਭਾਜੀ ਮਿਲੀਅਨ ਡ੍ਰਿਲੀਅਨ ਬ੍ਰਿਲੀਅਨ ਵਿਊਜ਼ ਚਲੋ ਜੀ ਗਾਣਾ ਲਾ ਦੋ ਬਹੁਤ ਮਜ਼ਾ ਆਇਆ ਭਾਜੀ ਹੁਣਾਂ ਨਾਲ ਚਾਹ ਤੇ ਚੁਸਕੀ ਲਾ ਕੇ ਮਿਲਦੇ ਹਾਂ ਜੀ ਅਗਲੇ ਹਫ਼ਤੇ ਅਗਲੇ ਕਲਾਕਾਰਾਂ ਦੇ ਨਾਲ ਚਾਹ ਤੇ ਚੁਸਕੀ ਪਾਉਣ ਬਾਅਦ ਬਹੁਤ